ਦਾਸ ਗੋਬਿੰਦ ਫਤਿਹ ਖਾਲਸਾ ਦਰਸ ਪਰਸ ਮਿਟੈ ਸੋਗ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਹੋਵੈ ਸਿਫਤ ਖਸੰਦੀ ਨੂਰ ਅਰਸੋਂ ਕੁਰਸੋਂ ਛਟਿਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਬਾਸਰ ਕਿਤਕ ਮੁਕਾਮ ਕਰ ਪੁੰਨ ਸ਼੍ਰੀ ਪ੍ਰਭ ਹੈ ਤਿਆਰ ਜਿਨ ਤੁਰੰਗਨ ਪਰਪਰੇ ਹੂਤ ਪਏ ਸਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਆਪ ਸੰਗਤਾਂ ਨੇ ਦਰਬਾਰ ਵਿੱਚ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ, ਇਹ ਐਸੀ ਬਾਣੀ ਹੈ ਜਿਸ ਨੇ ਸੁਣ ਲਈ ਹੈ, ਜਿਸ ਨੇ ਪੜ੍ਹ ਲਈ ਹੈ ਉਸਨੂੰ ਕੇਵਲ ਮੋਕਸ਼ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੀ ਜੋ ਕਥਾ ਹੈ ਉਹ ਆਪਾਂ ਸਰਵਣ ਕਰਦੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਇਹ ਬਚਨ ਸਰਵਣ ਕੀਤੇ ਕਿ ਸਤਿਗੁਰੂ ਪਾਤਸ਼ਾਹ ਨੂੰ ਇੱਕ ਯੋਗੀ ਵਾਰ ਵਾਰ ਆਖਦਾ ਸੀ, ਮਹਾਰਾਜ ਕਰਾਮਾਤ ਵਿਖਾ ਦਿਓ। ਸਤਿਗੁਰੂ ਪਾਤਸ਼ਾਹ ਨੇ ਕੁਝ ਸਮੇਂ ਵਾਸਤੇ ਤਾਂ ਟਾਲਾ ਕੀਤਾ, ਪਰ ਯੋਗੀ ਵਾਰ ਵਾਰ ਆਖਦਾ। ਮਹਾਰਾਜਿਆਂ ਨੇ ਇਸ ਦੇ ਮੱਥੇ ਦੇ ਨਾਲ ਆਪਣਾ ਤੀਰ ਲਾ ਕੇ ਸਾਰੀਆਂ ਸ਼ਕਤੀਆਂ ਖਿੱਚ ਲਈਆਂ ਅਤੇ ਫਿਰ ਮਹਾਰਾਜ ਜੀ ਨੇ ਪੁੱਛਿਆ, ਯੋਗੀ ਦੱਸ ਕਿਹੜਾ ਸ਼ਹਿਰ ਵੇਖਣ ਵਾਸਤੇ ਜਾਣਾ ਹੈ, ਕਿਉਂਕਿ ਇਸ ਕੋਲ ਸਿੱਧੀਆਂ ਸਨ। ਸਿੱਧੀਆਂ ਦੇ ਬਲ ਦੇ ਨਾਲ ਬੈਠਾ ਹੋਇਆ ਦੂਰ ਸ਼ਹਿਰਾਂ ਦੀ ਸੈਰ ਕਰ ਆਉਂਦਾ ਹੈ, ਆਪਣੀਆਂ ਗਾਵਾਂ ਨੂੰ ਭੇਜ ਦਿੰਦਾ ਚਰਨ ਵਾਸਤੇ, ਨਾਲ ਵੱਛੇ ਨੇ, ਪਰ ਉਹ ਗਾਵਾਂ ਵੱਛਿਆਂ ਨੂੰ ਦੁੱਧ ਨਹੀਂ ਪਿਆਉਂਦੀਆਂ ਹਨ, ਭਾਂਡੇ ਭਰ ਕੇ ਦੁੱਧ ਦੇ ਰੱਖ ਦਿੰਦਾ, ਖੀਰ ਬਣਾ ਕੇ ਖਿਚੜੀ ਬਣਾ ਕੇ ਭਾਂਡਿਆਂ ਨੂੰ ਤੋੜ ਦਿੰਦਾ, ਫਿਰ ਉਹ ਇਕੱਠੇ ਹੋ ਜਾਂਦੇ। ਐਸੀਆਂ ਕਰਾਮਾਤਾਂ ਇਹਦੇ ਕੋਲ ਸਨ, ਪਰ ਜਦੋਂ ਮਹਾਰਾਜ ਨੇ ਸਾਰੀ ਕਰਾਮਾਤ ਲੈ ਲਈ ਹੈ, ਹੁਣ ਖਾਲੀ ਹੋ ਗਿਆ, ਨਾਰਾਜ਼ ਹੋ ਕੇ ਗੁੱਸੇ ਹੋ ਕੇ ਹੰਕਾਰ ਦਾ ਭਰਿਆ ਹੋਇਆ ਸਤਿਗੁਰਾਂ ਦੇ ਕੋਲੋਂ ਫਿਰ ਆਪਣੀਆਂ ਗਾਵਾਂ ਲੈ ਕੇ ਦੂਰ ਰਤੀਆ ਨਾਮ ਦਾ ਇੱਕ ਨਗਰ ਹੈ, ਕਹਿਣ ਲੱਗੇ ਵੀ ਉਸ ਪਾਸੇ ਨੂੰ ਫਿਰੇ ਚਲਾ ਗਿਆ।
ਇਸ ਤਰ੍ਹਾਂ ਇਹ ਜੋਗੀ ਮਹਾਰਾਜ ਸਾਹਿਬ ਜੀ ਦੇ ਕਰਾਮਾਤ ਵੇਖਦਿਆਂ ਵੇਖਦਿਆਂ ਆਪਣੀਆਂ ਕਰਾਮਾਤਾਂ ਗਵਾ ਬੈਠਾ। ਅੱਜ ਮਹਾਰਾਜ ਜੀ ਇੱਕ ਕਾਂ ਦਾ ਭਲਾ ਕਰਨਗੇ ਜੋ ਇੱਕ ਸਿੱਖ ਕਾਂ ਦੀ ਜੂਣ ਵਿੱਚ ਪਿਆ ਹੈ, ਉਹਦਾ ਜੂਣ ਤੋਂ ਛੁਟਕਾਰਾ ਕਰਵਾਉਣ ਲੱਗੇ ਔਰ ਦੱਸਣਗੇ ਵੀ ਕਾਂ ਦਾ ਜਨਮ ਕਿਉਂ ਮਿਲਿਆ ਹੈ। ਇਹ ਬਚਨ ਆਪਾਂ ਅੱਜ ਸਰਵਨ ਕਰਾਂਗੇ, ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਾਸੁਰ ਕੀਤ ਮੁਕਾਮ ਕਰ, ਪੁੰਨ ਸ੍ਰੀ ਪ੍ਰਭ ਕਹਿ ਤਿਆਰ। ਕੁਝ ਦਿਨ ਮਹਾਰਾਜ ਸਾਹਿਬ ਜੀ ਇੱਥੇ ਮੁਕਾਮ ਕੀਤਾ। ਮੁਕਾਮ ਕਹੀਏ ਡੇਰਾ, ਜਿੱਥੇ ਜੋਗੀ ਦਾ ਭਲਾ ਕੀਤਾ ਨਾ, ਅੱਜ ਗੁਰੂ ਘਰ ਬਣਿਆ ਹੋਇਆ। ਕੁਝ ਸਮਾਂ ਮਹਾਰਾਜ ਇੱਥੇ ਡੇਰਾ ਕਰਕੇ ਕੁਝ ਕੁ ਦਿਨ ਆਪਣੀ ਮੌਜ ਦੇ ਨਾਲ ਇੱਥੇ ਰਹੇ ਹਨ। ਜੀਨ ਤੁਰੰਗਨ ਪਰ ਪਰੇ ਹੂਤ ਭਏ ਅਸਵਾਰ। ਜਦੋਂ ਮਹਾਰਾਜ ਜੀ ਦੇ ਜਾਣ ਦਾ ਮਨ ਬਣਿਆ, ਸਿੱਖਾਂ ਨੂੰ ਕਹਿਣ ਲੱਗੇ ਚਲੋ ਭਾਈ ਤਿਆਰੀ ਕਰੋ। ਘੋੜਿਆਂ ਦੇ ਉੱਪਰ ਕਾਠੀਆਂ ਪਾਈਆਂ ਗਈਆਂ, ਘੋੜੇ ਤਿਆਰ ਵਰ ਤਿਆਰ ਕੀਤੇ ਗਏ, ਆਪ ਵੀ ਮਹਾਰਾਜ ਤਿਆਰ ਹੋਏ। ਅਤੇ ਉਸ ਵੇਲੇ ਪਾਤਸ਼ਾਹ ਜੀ ਫਿਰ ਕਹਿਣ ਲੱਗੇ ਵੀ ਜਾਣ ਵਾਸਤੇ ਸਿੱਖਾਂ ਨੂੰ ਹੁਕਮ ਕੀਤਾ ਵੀ ਚਲੋ ਭਾਈ ਚੱਲਣਾ ਕਰੀਏ। ਇਸ ਤਰ੍ਹਾਂ ਮਹਾਰਾਜ ਜੀ ਤਿਆਰ ਹੋ ਕੇ ਚੱਲੇ ਹਨ। ਚੌਪਈ ਵਿਧਨ ਏਕ ਪ੍ਰਭ ਕਰਤ ਖੇਰੇ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਰੋਜ਼ ਆਪਣੀ ਮੌਜ ਦੇ ਨਾਲ ਸ਼ਿਕਾਰ ਵਗੈਰਾ ਕਰਦੇ, ਕਿਉਂਕਿ ਜੀਵਾਂ ਦਾ ਭਲਾ ਵੀ ਕਰਨਾ ਮਹਾਰਾਜ ਜੀਆਂ ਨੇ, ਜਿਹੜੇ ਟੇਢੀਆਂ ਜੂਨਾਂ ਵਿੱਚ ਪਏ ਹੋਏ ਉਹਨਾਂ ਦਾ ਉਧਾਰ ਕਰਨਾ ਹੈ। ਬੇਅੰਤ ਸਾਖੀਆਂ ਆਪਾਂ ਇਤਿਹਾਸ ਦੀਆਂ ਸਰਵਣ ਕੀਤੀਆਂ, ਜਿਵੇਂ ਛੇਵੇਂ ਪਾਤਸ਼ਾਹ ਨੇ ਇੱਕ ਸੱਪ ਦਾ ਭਲਾ ਕੀਤਾ, ਉਹਦੇ ਸਿਰ ਦੇ ਉੱਪਰ ਫਣ ਦੇ ਉੱਪਰ ਆਪਣਾ ਮਹਾਰਾਜ ਨੇ ਪਵਿੱਤਰ ਚਰਨ ਲਾਇਆ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਸਮੁੰਦਰਾਂ ਦੇ ਜੀਵਾਂ ਦਾ ਭਲਾ ਕੀਤਾ ਹੈ। ਇਸ ਤਰ੍ਹਾਂ ਮਹਾਰਾਜ ਜੀ ਇਹ ਜੀਵਾਂ ਦਾ ਸ਼ਿਕਾਰ ਕਰਨਾ, ਜੀਵਾਂ ਦਾ ਭਲਾ ਕਰਨਾ ਹੈ, ਮੁਕਤੀ ਦਿੰਦੇ ਮਹਾਰਾਜ ਇਸ ਤਰ੍ਹਾਂ ਮੌਜ ਨਾਲ ਵਿਚਰਦੇ ਹਨ। ਖੇਲਤ ਵਿਚਰਤ ਜਾਤ ਅਗੇਰੇ। ਥੋੜ੍ਹਾ ਜਿਹਾ ਪੈਂਡਾ ਤੈਅ ਕਰਦੇ, ਸ਼ਿਕਾਰ ਕਰਦੇ, ਮੌਜ ਨਾਲ ਜਿੱਥੇ ਮਨ ਕਰਦਾ ਆਰਾਮ ਕਰ ਲੈਂਦੇ, ਫਿਰ ਥੋੜ੍ਹਾ ਜਿਹਾ ਪੈਂਡਾ ਤੈਅ ਕਰਦੇ, ਫਿਰ ਮਨ ਕਰਦਾ ਅਤੇ ਆਰਾਮ ਕਰਦੇ। ਇਸ ਤਰ੍ਹਾਂ ਆਪਣੀ ਮੌਜ ਦੇ ਨਾਲ ਪਾਤਸ਼ਾਹ ਜੀ ਵਿਚਰਦੇ ਜਾ ਰਹੇ ਹਨ। ਖਸਟ ਕੋਸ ਪ੍ਰਾ ਪਹੁੰਚੇ ਜਾਏ। ਚੱਲਦਿਆਂ ਚੱਲਦਿਆਂ ਗੁਰਮੁਖੋ ਛੇ ਕੋਹ ਦੀ ਦੂਰੀ 'ਤੇ, ਅੱਜ ਆਪਾਂ ਕਹਿ ਲਈਏ ਕਿਲੋਮੀਟਰ ਆਪਾਂ ਕਹਿ ਦਿੰਦੇ ਹਾਂ, ਉਹਨਾਂ ਸਮਿਆਂ ਵਿੱਚ ਕੋਹ ਜਾਂ ਮੀਲ ਦਾ ਵਰਣਨ ਪੁਰਾਣੇ ਗ੍ਰੰਥਾਂ ਵਿੱਚ ਹੈ। ਸੋ ਕਹਿਣ ਲੱਗੇ ਵੀ ਸਤਿਗੁਰੂ ਜੀ ਚੱਲਦਿਆਂ ਚੱਲਦਿਆਂ ਛੇ ਕੁ ਕੋਹ ਦਾ ਪੈਂਡਾ ਮਹਾਰਾਜ ਚੱਲ ਕੇ ਪਹੁੰਚੇ ਹਨ। ਸੰਗ ਸੈਨ ਸਿੰਘਨ ਸਮੁਦਾਈ। ਅਤੇ ਮਹਾਰਾਜ ਜੀਆਂ ਦੇ ਨਾਲ ਬੈਰਾੜ ਸੂਰਮੇ ਕੁਝ ਭਰਤੀ ਕੀਤੇ ਸਨ ਤਨਖਾਹ 'ਤੇ। ਜਦੋਂ ਮਹਾਰਾਜ ਜੀ ਮੁਕਤਸਰ ਦੇ ਜੰਗ ਤੋਂ ਵਿਹਲੇ ਹੋਏ ਅਤੇ ਕੁਝ ਪ੍ਰੇਮੀ ਸਿੱਖ ਵੀ, ਜਦੋਂ ਪਤਾ ਲੱਗਾ ਨਾ ਵੀ ਸਤਿਗੁਰੂ ਪਾਤਸ਼ਾਹ ਇਸ ਵੇਲੇ ਥੋੜ੍ਹੀ ਫੌਜ ਹੈ, ਕਈ ਪ੍ਰੇਮ ਵਾਲੇ ਸਿੱਖ ਵੀ ਆ ਕੇ ਭਰਤੀ ਹੋ ਗਏ, ਅਤੇ ਇਸ ਵੇਲੇ ਕਾਫੀ ਜਥਾ ਮਹਾਰਾਜ ਦੇ ਨਾਲ ਸਿੰਘਾਂ ਦਾ ਤਿਆਰ ਬਰ ਤਿਆਰ ਹੈ। ਤਿਸ ਬਲ ਭੁੰਦੜ ਰਹੇ ਦੀਵਾਨਾ। ਜਿੱਥੇ ਸਤਿਗੁਰੂ ਛੇ ਕੋਹ ਦੀ ਦੂਰੀ 'ਤੇ ਪਹੁੰਚੇ, ਇੱਥੇ ਇੱਕ ਭੁੰਦੜ ਰਹਿੰਦਾ ਹੈ। ਦੀਵਾਨਾ ਕਹੀਏ ਮਸਤਾਨੇ ਸੁਭਾਅ ਦਾ ਇੱਕ ਭੁੰਦੜ, ਭੁੰਦੜ ਕਹਿ ਲਈਏ ਵੀ ਇਹਦਾ ਨਾਮ ਹੈ, ਅਤੇ ਹੈ ਦੀਵਾਨਾ, ਮਸਤਾਨੇ ਜੇ ਸੁਭਾਅ ਦਾ ਵਿਅਕਤੀ ਇੱਥੇ ਇੱਕ ਰਹਿੰਦਾ ਹੈ। ਗੁਰ ਆਗਮਨ ਸੁਣੇ ਹਰ ਖਾਨਾ। ਜਦੋਂ ਇਸ ਵਿਅਕਤੀ ਨੂੰ ਪਤਾ ਲੱਗਾ ਵੀ ਸਤਿਗੁਰੂ ਆਏ ਮੇਰੇ ਇਲਾਕੇ ਦੇ ਵਿੱਚ ਮੇਰੇ ਕੋਲ ਆਏ, ਬੜਾ ਹੀ ਖੁਸ਼ ਹੋਇਆ। ਦੀਵਾਨਾ ਜਿਹੜਾ ਸੀ ਨਾ, ਮਹਾਰਾਜ ਸਾਹਿਬ ਜੀ ਦਾ ਆਉਣਾ ਸੁਣ ਕੇ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ ਮਨ ਕਰਕੇ
ਵੀ ਚਲੋ ਸਤਿਗੁਰੂ ਆਏ ਨੇ ਨਿਹਾਲ ਕਰਨ ਵਾਸਤੇ, ਖੁਸ਼ ਹੋਇਆ ਹੈ। ਤੁਰਨ ਹੀ ਚੱਲ ਕਰ ਸੋ ਆਇਓ। ਜਦੋਂ ਇਸ ਨੂੰ ਪਤਾ ਲੱਗਿਆ ਵੀ ਸਤਿਗੁਰੂ ਆਏ, ਇਹ ਆਪਣੇ ਡੇਰੇ ਬੈਠਾ ਨਹੀਂ, ਬੜੀ ਛੇਤੀ ਕਾਹਲੀ ਦੇ ਨਾਲ ਨਾ ਜੋ ਵੀ ਇਹ ਮਹਾਰਾਜ ਨੂੰ ਭੇਟ ਕਰ ਸਕਦਾ ਸੀ ਅਤੇ ਮਹਾਰਾਜ ਦੇ ਕੋਲ ਪਹੁੰਚਿਆ ਵੀ ਚਲੋ ਸਤਿਗੁਰਾਂ ਦੇ ਦਰਸ਼ਨ ਕਰੀਏ, ਬਚਨ ਬਲਾਸ ਕਰੀਏ। ਸੋ ਜਿਹੜੇ ਭਾਵਨਾ ਵਾਲੇ ਪ੍ਰੇਮ ਵਾਲੇ ਉਹ ਤਾਂ ਸਮਾਂ ਨਹੀਂ ਵਿਅਰਥ ਜਾਣ ਦਿੰਦੇ। ਸੋ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰੇ ਤੁਧ ਭਗਵੰਤਾ। ਐਸੇ ਉਹਨਾਂ ਦੀ ਅਵਸਥਾ ਹੈ। ਧੰਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ। ਸੋ ਇਸ ਤਰ੍ਹਾਂ ਉਹ ਬਚਨ ਕਰਦੇ। ਇਹ ਹੈ ਮਹਾਰਾਜ ਦਾ ਪ੍ਰੇਮੀ ਸਿੱਖ, ਥੋੜ੍ਹਾ ਮਸਤਾਨਾ ਹੈ, ਬੜੀ ਛੇਤੀ ਚੱਲਿਆ ਵੀ ਚਲੋ ਦਦਾਰਾ ਕਰੀਏ। ਚਰਨ ਕਮਲ ਪਰ ਸੀਸ ਨਿਭਾਇਓ। ਮਹਾਰਾਜ ਦੇ ਕਮਲਾਂ ਵਰਗੇ ਸੋਹਣੇ ਚਰਨ ਨੇ, ਪਵਿੱਤਰ ਚਰਨਾਂ ਦੇ ਉੱਪਰ ਆ ਕੇ ਇਸ ਨੇ ਭਾਵਨਾ ਦੇ ਨਾਲ ਸਤਿਗੁਰਾਂ ਨੂੰ ਮੱਥਾ ਟੇਕਿਆ ਹੈ। 5 ਰੁਪਏ ਥਾਨ ਮਹੀਨਾ ਤੇ ਮਹਾਰਾਜ ਦੀ ਭੇਟਾ ਵਾਸਤੇ 5 ਰੁਪਈਏ ਇਸ ਨੇ ਆਪਣੀ ਕਿਰਤ ਕਮਾਈ ਵਿੱਚੋਂ ਕੱਢ ਕੇ ਰੱਖਿਆ ਸੀ। ਦਸਵੰਦ ਵੀ ਪਾਤਸ਼ਾਹ ਦੇ ਖਜ਼ਾਨੇ ਪਾਵਾਂਗੇ। ਜਦੋਂ ਮਹਾਰਾਜ ਸਾਹਿਬ ਜੀ ਆਏ ਨੇ 5 ਰੁਪਈਏ, ਉਹਨਾਂ ਸਮਿਆਂ 'ਚ ਗੁਰਮੁਖੋ ਵੱਡੀ ਰਕਮ ਹੈ, 5 ਰੁਪਈਏ ਬਹੁਤ ਵੱਡੀ ਰਕਮ ਹੈ। ਇਤਿਹਾਸ ਵਿੱਚ ਆਪਾਂ ਬਚਨ ਸਰਵਣ ਕਰਦੇ ਕਿ ਬਾਬਾ ਕਲਿਆਣ ਚੰਦ ਜੀ ਜੋ ਗੁਰੂ ਨਾਨਕ ਦੇ ਪਾਤਸ਼ਾਹ ਦੇ ਪਿਤਾ ਸਨ, ਉਹਨਾਂ ਨੇ 20 ਰੁਪਈਏ ਦਿੱਤੇ ਕਾਹਦੇ ਵਾਸਤੇ, ਵਪਾਰ ਕਰਨ ਵਾਸਤੇ। ਅਤੇ ਵਪਾਰ ਵਾਸਤੇ ਵੱਡੀ ਰਕਮ ਚਾਹੀਦੀ ਹੈ ਨਾ, ਛੋਟੀ ਰਕਮ ਨਾਲ ਵਪਾਰ ਤਾਂ ਨਹੀਂ ਨਾ ਹੁੰਦਾ। ਅਤੇ ਨਾਲੇ ਆਖਿਆ ਸੀ ਸੁੱਚੇ ਮੋਤੀਆਂ ਦਾ, ਹੀਰਿਆਂ ਦਾ ਵੱਡਾ ਵਪਾਰ ਕਰਿਓ, ਮਤਲਬ ਕਿ ਵੱਡੀ ਰਕਮ ਦਿੱਤੀ ਉਹਨਾਂ ਸਮਿਆਂ 'ਚ 20 ਰੁਪਈਏ, 20 ਦਮੜੇ। ਅੱਜ ਇਹ ਜਿਹੜਾ ਆਇਆ ਭੁੰਦੜ ਦੀਵਾਨਾ, 5 ਰੁਪਈਏ ਵੱਡੀ ਰਕਮ ਹੈ, ਭਾਵਨਾ ਦੇ ਲਿਆ ਨਾਲ ਲਿਆ ਕੇ ਮੱਥਾ ਟੇਕਿਆ। ਇੱਕ ਬੜਾ ਸੋਹਣਾ ਬਰੀਕ ਕੱਪੜੇ ਦਾ ਥਾਨ ਜਿਹੜਾ ਸੀ ਨਾ, ਥਾਨ ਲਿਆ ਕੇ ਮਹਾਰਾਜ ਦੇ ਅੱਗੇ ਰੱਖਿਆ ਹੈ। ਅਗਰ ਉਪਾਇਨ ਧਰ ਕਰ ਦੀਨ ਤੇ ਸਤਿਗੁਰਾਂ ਦੇ ਅੱਗੇ ਰੱਖ ਦਿੱਤਾ। ਉਹ ਬਰੀਕ ਕੱਪੜੇ ਦਾ ਇੱਕ ਥਾਨ ਬੜਾ ਸੋਹਣਾ ਕਿ ਮਹਾਰਾਜ ਬਸਤਰ ਬਣਾ ਕੇ ਪਾਉਣਗੇ, ਅਤੇ ਨਾਲ ਇਹਨੇ ਆਪਣੇ ਜਥਾ ਸ਼ਕਤ ਮਾਇਆ 5 ਰੁਪਈਏ ਮਹਾਰਾਜ ਨੂੰ ਭੇਟ ਕੀਤੇ ਹਨ। ਉਤਰੇ ਸ਼੍ਰੀ ਪ੍ਰਭ ਕੀਨ ਸੁਡੇਰਾ ਤੇ ਸਤਿਗੁਰੂ ਪਾਤਸ਼ਾਹ ਜੀ ਇੱਥੇ ਫਿਰ ਉਤਰੇ ਸਿੰਘਾਂ ਨੂੰ, ਕਹਿੰਦੇ ਚਲੋ ਭਾਈ ਇਹ ਦੀਵਾਨੇ ਦਾ ਬੜਾ ਪ੍ਰੇਮ ਹੈ ਅਤੇ ਇੱਥੇ ਉਤਰੋ ਅਤੇ ਕੁਝ ਸਮਾਂ ਡੇਰਾ ਕਰੀਏ। ਅਤੇ ਇਸ ਤਰ੍ਹਾਂ ਮਹਾਰਾਜ ਫਿਰ ਉੱਥੇ ਡੇਰਾ ਲਾ ਕੇ ਬੈਠੇ ਹਨ। ਹੀਰੇ ਸਿੰਘ ਬਾਂਸ਼ਤ ਥਲ ਹੋਰਾ ਤੇ ਹੀਰਾ ਕਹਿਣ ਲੱਗੇ ਵੀ ਸਿੰਘਾਂ ਨੂੰ ਵੀ ਇਹ ਥਾਨ ਬੜਾ ਪਸੰਦ ਆਇਆ। ਜੰਗਲ ਦੇ ਵਿੱਚ ਮਾਲਵਾ ਜੰਗਲ ਹੈ, ਉਸ ਵੇਲੇ ਸਿੰਘਾਂ ਨੂੰ ਇਹ ਥਾਨ ਬੜਾ ਹੀ ਪਸੰਦ ਆਇਆ। ਚਾਰ ਚੁਫੇਰੇ ਬੜੀ ਹਰਿਆਵਲਤਾ ਹੈ, ਪਾਣੀ ਪੀਣ ਵਾਸਤੇ ਟੋਭਾ ਇੱਥੇ ਬਣਿਆ ਹੋਇਆ, ਤਲਾਬ। ਸਿੰਘਾਂ ਨੂੰ ਰਮਨੀਕ ਜੀ ਜਗ੍ਹਾ ਬੜੀ ਸੋਹਣੀ ਲੱਗੀ, ਕਹਿੰਦੇ ਹਾਂ ਮਹਾਰਾਜ ਇੱਥੇ ਡੇਰਾ ਕਰਨਾ ਚਾਹੀਦਾ, ਅਤੇ ਡੇਰਾ ਕਰ ਲਿਆ ਹੈ। ਬਿਰੰਦ ਕਲਸ਼ ਪੈ ਕੇ ਪਰ ਆਨੇ ਇਹ ਜਿਹੜਾ ਦੀਵਾਨਾ ਸੀ ਨਾ, ਇਹਨੇ ਵੇਖਿਆ ਵੀ ਮਹਾਰਾਜ ਦੇ ਨਾਲ ਸੂਰਮੇ ਬੜੇ ਨੇ, ਪ੍ਰਸ਼ਾਦਾ ਬਣਾਉਂਦਿਆਂ 'ਤੇ ਟਾਈਮ ਲੱਗੇਗਾ। ਦੁੱਧ ਸੀ ਇਹਦੇ ਘਰ ਵਿੱਚ, ਘੜੇ ਭਰੇ ਹੋਏ ਅਤੇ ਭਰੀਆਂ ਹੋਈਆਂ ਗਾਗਰਾਂ ਦੁੱਧ ਦੀਆਂ ਚੁਕਾ ਲਈਆਂ ਨੇ। ਆਪਣੇ ਨੌਕਰਾਂ ਨੂੰ, ਆਪਣੇ ਨਾਲਦਿਆਂ ਨੂੰ ਕਹਿੰਦਾ ਚਲੋ ਦੁੱਧ ਲੈ ਕੇ ਚੱਲੀਏ, ਮਹਾਰਾਜ ਨੂੰ ਦੁੱਧ ਛਕਾਈਏ। ਦੁੱਧ ਦੇ ਭਰੇ ਹੋਏ ਘੜੇ, ਜਾਂ ਕਹਿ ਲਈਏ ਵੀ ਦੁੱਧ ਦੀਆਂ ਭਰੀਆਂ ਹੋਈਆਂ ਗਾਗਰਾਂ ਜਿਹੜੀਆਂ ਨੇ, ਉਹ ਚੁੱਕ ਕੇ ਲੈ ਆਇਆ ਹੈ। ਹੁੰਦਲ ਸੰਗ ਲਿਆਏ ਮਿਸਤਾਨੇ ਨਾਲ ਕੁਝ ਮਿੱਠਾ, ਜਿਸ ਤਰ੍ਹਾਂ ਮੰਨ ਲਓ ਵੀ ਗੁੜ ਦੀਆਂ ਢੇਲੀਆਂ ਲੈ ਆ, ਗੁੜ ਦੀਆਂ ਭੇਲੀਆਂ ਕੁਝ ਲੈ ਕੇ ਆ, ਕੁਝ ਹੋਰ ਮਿੱਠਾ ਸੀ ਘਰ ਵਿੱਚ ਪਿਆ ਹੋਇਆ, ਸ਼ੱਕਰ ਵਗੈਰਾ, ਹੋਰ ਕੁਝ ਖਾਣ ਵਾਲੀਆਂ ਵਸਤੂਆਂ ਵੀ ਆ, ਦੁੱਧ ਦੇ ਨਾਲ ਮਹਾਰਾਜ ਛਕਣਗੇ, ਸਿੰਘ ਵੀ ਛਕ ਲੈਣਗੇ, ਅਤੇ ਮੈਂ ਸੇਵਾ ਕਰਦਾ। ਇਸ ਤਰ੍ਹਾਂ ਕੁਝ ਮਿੱਠਾ ਵੀ ਨਾਲ ਅਤੇ ਦੁੱਧ ਦੇ ਘੜੇ ਲੈ ਕੇ ਹਾਜ਼ਰ ਹੋਇਆ ਹੈ। ਜੋਤਕ ਸਿੰਘ ਸਭਨ ਕੋ ਪਿਆਏ ਜੇਤਕ ਜਿੰਨੇ ਕੁ ਸਿੰਘ ਸਨ ਸਾਰਿਆਂ ਨੂੰ ਪਿਆਇਆ, ਛੰਨੇ ਭਰ ਭਰ ਕੇ। ਉਹਨਾਂ ਸਮਿਆਂ ਵਿੱਚ ਜਿਹੜੇ ਭਾਂਡੇ ਸਨ, ਕਟੋਰੇ ਭਰ ਭਰ ਕੇ,
ਸਾਰਿਆਂ ਨੂੰ ਦੁੱਧ ਪਿਆ ਲਓ ਭਾਈ ਛਕੋ ਦੁੱਧ ਮੈਂ ਲੈ ਕੇ ਆਇਆ ਤੇ ਇਸ ਤਰ੍ਹਾਂ ਦੁੱਧ ਪਿਉਂਦਾ ਹੈ। ਵਾਰ ਵਾਰ ਕਹਿ ਕਰ ਤ੍ਰਿਪਤਾਏ ਤੇ ਵਾਰ ਵਾਰ ਕਹਿ ਕੇ ਜਦੋਂ ਕੋਈ ਛਕ ਲੈਂਦਾ ਨਾ ਬਸ ਹੁਣ ਮੈਂ ਰੱਜ ਗਿਆ ਨਹੀਂ ਥੋੜ੍ਹਾ ਜਿਹਾ ਹੋਰ ਛਕ ਲਵੋ ਥੋੜ੍ਹਾ ਜਿਹਾ ਹੋਰ ਛਕ ਲਵੋ ਆ ਥੋੜ੍ਹਾ ਮਿੱਠਾ ਹੋਰ ਲੈ ਲਵੋ ਇਸ ਤਰ੍ਹਾਂ ਵਾਰ ਵਾਰ ਕਹਿੰਦਾ ਵੀ ਛਕੋ ਹੋਰ ਜਿੰਨਾ ਛਕਣਾ ਹੈ ਛਕੋ ਹੋਰ ਇਸ ਤਰ੍ਹਾਂ ਵਾਰ ਵਾਰ ਕਹਿ ਕੇ ਬਹੁਤਾ ਬਹੁਤਾ ਰੱਜ ਰੱਜ ਕੇ ਸਾਰਿਆਂ ਨੂੰ ਦੁੱਧ ਇਸ ਨੇ ਪਿਆਇਆ ਹੈ। ਅਧਿਕ ਅਧੀਨ ਪਇਓ ਗੁਰਾਂ ਅੱਗੇ ਸਤਿਗੁਰਾਂ ਦੇ ਅੱਗੇ ਬੜਾ ਹੀ ਅਧੀਨ ਹੋਇਆ ਬੜੀ ਨਿਮਰਤਾ ਦੇ ਨਾਲ ਨਾ ਮਹਾਰਾਜ ਦਾ ਬੜਾ ਹੀ ਪ੍ਰੇਮੀ ਬਣਿਆ ਵਾਰ ਵਾਰ ਬੇਨਤੀਆਂ ਕਰਦਾ ਸਤਿਗੁਰਾਂ ਨੂੰ ਪਿਆਰ ਦੇ ਨਾਲ ਵਾਰ ਵਾਰ ਪਗ ਪੰਕਜ ਲਾਗੇ ਸਤਿਗੁਰਾਂ ਦੇ ਜਿਹੜੇ ਚਰਨ ਨੇ ਗੁਰਮੁਖੋ ਪੰਕਜ ਕਹੀਏ ਸੋ ਕਮਲ ਦਾ ਫੁੱਲ ਜਿਸ ਨੂੰ ਕਿਹਾ ਜਾਂਦਾ ਹੈ ਮਹਾਰਾਜ ਦੇ ਚਰਨਾਂ ਦਾ ਜਿੱਥੇ ਵੀ ਕਿਤੇ ਉਦਾਹਰਣ ਆਵੇਗੀ ਨਾ ਇਤਿਹਾਸ ਦੇ ਵਿੱਚ ਗੁਰਬਾਣੀ ਦੇ ਵਿੱਚ ਵੀ ਆਉਂਦੀਆਂ ਚਰਨ ਕਮਲ ਸਿਉਂ ਲਾਗੀ ਡੋਰੀ ਆਪਾਂ ਪੜ੍ਹਦੇ ਹਾਂ ਵੀ ਸਤਿਗੁਰਾਂ ਦੇ ਚਰਨ ਕਮਲ ਵਰਗੇ ਪਰ ਇਹ ਤਾਂ ਇੱਕ ਉਦਾਹਰਣ ਹੈ ਕਮਲ ਦਾ ਫੁੱਲ ਕਿੱਥੇ ਮੁਕਾਬਲਾ ਕਰ ਸਕਦਾ ਮਹਾਰਾਜ ਦੇ ਚਰਨਾਂ ਦੇ ਨਾਲ ਪਰ ਕਵੀ ਲੋਕਾਂ ਦੀ ਇਹ ਘੋੜਾਰੀ ਹੈ ਵੀ ਮਹਾਰਾਜ ਦੇ ਚਰਨ ਇਸ ਤਰ੍ਹਾਂ ਦੇ ਸੁੰਦਰ ਨੇ ਵਾਰ ਵਾਰ ਚਰਨਾਂ 'ਤੇ ਨਮਸਕਾਰ ਕਰਦਾ ਹੈ ਕਹਿਬੋ ਸੁਣੋ ਬਾਤ ਨਿਕੋ ਸਤਿਗੁਰਾਂ ਦੇ ਕੋਲ ਬੈਠ ਗਿਆ ਕੁਝ ਬਚਨ ਆਖੇ ਮਹਾਰਾਜ ਨੂੰ ਕੁਝ ਬਚਨ ਸੁਣੇ ਮਹਾਰਾਜ ਦੇ ਕੋਲੋਂ ਇਸ ਤਰ੍ਹਾਂ ਬਚਨ ਬਿਲਾਸ ਬੈਠਾ ਹੋਇਆ ਕਦੇ ਸਿੰਘਾਂ ਨਾਲ ਬਚਨ ਕਰਦਾ ਕਦੇ ਪਾਤਸ਼ਾਹ ਦੇ ਨਾਲ ਬਚਨ ਕਰਦਾ ਹੈ ਕਰਤ ਪਏ ਸ਼੍ਰੀ ਜਲਦ ਵਿਵੇਕ ਮਹਾਰਾਜ ਵੀ ਇਹਦੀ ਸੇਵਾ ਤੋਂ ਬੜੇ ਖੁਸ਼ ਹੋਏ ਗੁਰਮੁਖੋ ਇਹਦੀ ਭਾਵਨਾ ਵੇਖ ਕੇ ਨਾ ਭਾਵੇਂ ਥੋੜ੍ਹਾ ਮਸਤਾਨਾ ਹੀ ਹੈ ਪਰ ਭਾਵਨਾ ਵੇਖ ਕੇ ਕਿਰਪਾ ਦੇ ਸਮੁੰਦਰ ਨੇ ਮਹਾਰਾਜ ਸਾਹਿਬ ਦੀ ਕਿਰਪਾ ਕਰਨ ਵਾਸਤੇ ਬੜੇ ਖੁੱਲ੍ਹੇ ਖੁੱਲ੍ਹੇ ਬਚਨ ਇਹਦੇ ਨਾਲ ਪਾਤਸ਼ਾਹ ਨੇ ਉਸ ਵੇਲੇ ਕੀਤੇ ਕੁਝ ਬਚਨ ਮਹਾਰਾਜ ਸਾਹਿਬ ਦੀਆਂ ਨੇ ਆਖੇ ਕੁਝ ਬਚਨ ਮਹਾਰਾਜ ਦੀਆਂ ਨੇ ਇਸ ਦੇ ਸੁਣੇ ਹਨ ਗੁਰ ਬੋਲੇ ਭੁੰਦੜ ਹਮ ਚਰੇ ਜਦੋਂ ਇਸ ਤਰ੍ਹਾਂ ਬਚਨ ਕੀਤਾ ਤੇ ਸਤਿਗੁਰੂ ਫਿਰ ਆਖਦੇ ਕਹਿੰਦੇ ਵੀ ਹੁਣ ਤੇਰੀ ਸੇਵਾ ਅਸੀਂ ਕਰਵਾ ਲਈ ਹੈ ਹੁਣ ਅਸੀਂ ਇੱਥੋਂ ਅੱਗੇ ਜਾਣਾ ਚਾਹੁੰਦੇ ਹਾਂ ਮਹਾਰਾਜ ਨੂੰ ਪਤਾ ਵੀ ਅੱਗੇ ਕਾਂ ਦਾ ਵੀ ਭਲਾ ਕਰਨਾ ਜੋ ਜਨਮ ਦੇ ਵਿੱਚ ਪਿਆ ਹੋਇਆ ਸਤਿਗੁਰੂ ਕਹਿਣ ਲੱਗੇ ਵੀ ਤੇਰੀ ਸੇਵਾ ਸਾਨੂੰ ਬੜੀ ਚੰਗੀ ਲੱਗੀ ਹੈ ਪਰ ਅਸੀਂ ਹੁਣ ਅੱਗੇ ਇੱਥੋਂ ਜਾਣਾ ਹੈ ਜਦੋਂ ਮਹਾਰਾਜ ਜੀਆਂ ਨੇ ਚੱਲਣ ਦੀ ਗੱਲ ਕੀਤੀ ਨਾ ਵੀ ਅਸੀਂ ਜਾਣਾ ਹੈ ਤੇ ਕਹਿਣ ਲੱਗੇ ਫਿਰ ਉਸ ਵੇਲੇ ਅਪਰਸਥਾਨ ਬੇਲੋਕਨ ਕਰੇ ਮਹਾਰਾਜ ਕਹਿਣ ਲੱਗੇ ਵੀ ਭੁੰਦੜ ਵੀ ਅਸੀਂ ਹੋਰ ਵੀ ਅਜੇ ਜਗ੍ਹਾ ਤੇ ਜਾਣਾ ਹੈ ਕਿਉਂਕਿ ਅਜੇ ਅਸੀਂ ਕਈਆਂ ਦਾ ਭਲਾ ਵੀ ਕਰਨਾ ਕਈਆਂ ਨੂੰ ਮਿਲਣਾ ਵੀ ਹੈ ਕਈਆਂ ਦੇ ਜਨਮ ਵੀ ਕੱਟਣੇ ਨੇ ਕਈਆਂ ਦੇ ਨਾਲ ਅਜੇ ਬਚਨ ਬਿਲਾਸ ਕਰਨੇ ਹੁਣ ਸਤਿਗੁਰੂ ਪਾਤਸ਼ਾਹ ਨੂੰ ਆਪਣਾ ਪਤਾ ਹੈ ਵੀ ਅਸੀਂ ਦੇਖਣ ਆਇਓ ਜਗਤ ਤਮਾਸ਼ਾ ਇਹ ਜਗਤ ਦਾ ਰੌਣਕ ਮੇਲਾ ਹੀ ਵੇਖਣ ਆਏ ਮਹਾਰਾਜ ਇਹ ਸਾਡੇ ਵਾਸਤੇ ਲੱਗਦਾ ਵੀ ਇਹ ਜੰਗ ਬੜੇ ਨੇ ਕੁਰਬਾਨੀ ਬੜੀ ਹੈ ਪਰ ਉਹਨਾਂ ਵਾਸਤੇ ਤਾਂ ਖੇਡ ਹੀ ਹੈ ਮਹਾਰਾਜ ਕਹਿੰਦੇ ਭਾਈ ਅਸੀਂ ਅੱਗੇ ਜਾਣਾ ਅਜੇ ਹੋਰ ਕਈ ਕਾਰਜ ਕਰਨੇ ਹਨ ਜ਼ੋਰ ਕਰ ਸੇਵ ਬਤਾਵੋ ਇਹ ਜੋ ਭੁੰਦੜ ਹੈ ਨਾ ਕਹਿਣ ਲੱਗਾ ਨਹੀਂ ਮਹਾਰਾਜ ਮੈਂ ਨਹੀਂ ਜਾਣ ਦੇਵਾਂਗਾ ਤੁਸੀਂ ਰਹੋ ਅਜੇ ਮੇਰੇ ਕੋਲ ਅੱਜ ਦਾ ਦਿਨ ਰਹਿ ਪਓ ਪਾਤਸ਼ਾਹ ਮੈਨੂੰ ਸੇਵਾ ਦੱਸੋ ਮੈਂ ਕੀ ਕਰਾਂ ਮਹਾਰਾਜ ਇੱਕ ਦਿਨ ਹੋਰ ਰਹਿ ਪਓ ਮੇਰੇ ਕੋਲ ਮੈਂ ਤੁਹਾਡੇ ਦਰਸ਼ਨ ਕਰ ਲਵਾਂ ਮੈਂ ਅਜੇ ਸੇਵਾ ਕਰਕੇ ਰੱਜਿਆ ਨਹੀਂ ਆਪ ਕੋਈ ਸੇਵਾ ਫਰਮਾਓ ਆਪਣੇ ਮੁੱਖ ਤੋਂ ਅਤੇ ਮੈਂ ਸੇਵਾ ਕਰਾਂ ਦਾਸ ਜਾਣ ਕਰ ਮੁੱਖ ਫਰਮਾਓ ਸਤਿਗੁਰੂ ਮੈਨੂੰ ਆਪਣਾ ਦਾਸ ਜਾਣ ਕੇ ਨਾ ਅਤੇ ਮੁੱਖੋਂ ਇਹ ਬਚਨ ਕਹੋ ਵੀ ਭੁੰਦੜਾ ਤੂੰ ਆਹ ਸੇਵਾ ਕਰ ਕੋਈ ਵੀ ਆਪ ਸੇਵਾ ਜੋ ਤੁਹਾਨੂੰ ਚੰਗਾ ਲੱਗੇ ਨਾ ਮਹਾਰਾਜ ਉਹ ਮੈਨੂੰ ਕਹੋ ਦਾਸ ਜਾਣ ਕਰ ਦਾਸ ਪਰ ਕੀਜੈ ਮਹਾਰਾਜ ਕਿਰਪਾ ਕਰੋ ਤੇ ਦਾਸ ਜਾਣ ਕੇ ਮੈਨੂੰ ਸੇਵਾ ਬਖਸ਼ਿਸ਼ ਕਰੋ ਦਰਸ਼ਨ ਦਿਓ ਭਾਗ ਧਨ ਮੇਰੇ ਮਹਾਰਾਜ ਤੁਸੀਂ ਦਰਸ਼ਨ ਦਿੱਤੇ ਨਾ ਮੈਨੂੰ ਇਹ ਮੇਰੇ ਵੱਡੇ ਭਾਗ ਨੇ ਗੁਰਮੁਖੋ ਗੁਰੂ ਦਾ ਦਿਦਾਰਾ ਐਵੇਂ ਨਹੀਂ ਹੋ ਜਾਂਦਾ ਹੈ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਰਵਿਦਾਸ ਭਗਤ ਦੀ ਬੰਦਗੀ ਕਿਤੇ ਥੋੜ੍ਹੀ ਹੈ ਸਵਾਸ ਸਵਾਸ ਨਾਮ
ਬੈਖਰੀ ਬਾਣੀ ਮਧਮਾ ਬਾਰੀ ਦੁਆਰਾ ਜਪਣ ਵਾਲੇ ਉਹ ਵੀ ਆਖਦੇ ਵੀ ਦਰਸ਼ਨਾਂ ਨੂੰ ਸਮਾਂ ਹੀ ਹੋ ਗਿਆ ਮਹਾਰਾਜ, ਬਹੁਤਾ ਦਰਸ਼ਨ ਦੇ ਦਿਓ, ਦਰਸ਼ਨ ਐਵੇਂ ਨਹੀਂ ਹੋ ਜਾਂਦਾ ਹੈ। ਅੱਜ ਇਹਨੂੰ ਦਰਸ਼ਨ ਪ੍ਰਾਪਤ ਹੋਇਆ ਉਹ ਤਾਂ ਕਹਿੰਦਾ ਮਹਾਰਾਜ ਧੰਨ ਭਾਗ ਵੱਡੇ ਭਾਗ ਜੋ ਤੁਸੀਂ ਦਰਸ਼ਨ ਦਿੱਤੇ। ਦਰਸ਼ਨ ਐਵੇਂ ਥੋੜ੍ਹੀ ਕਿਤੇ ਹੁੰਦਾ, ਭਾਗਾਂ ਦੇ ਨਾਲ ਕਰਮਾਂ ਵਾਲਿਆਂ ਨੂੰ ਦਰਸ਼ਨ ਹੁੰਦਾ। ਧੰਨ ਭਾਗ ਮੇਰੇ ਹਨ ਭਇਓ ਨਿਹਾਲ ਆਨੰਦ ਕੰਧੇਰੇ, ਮਹਾਰਾਜ ਮੈਂ ਤਾਂ ਨਿਹਾਲ ਹੋ ਗਿਆ, ਬੜਾ ਆਨੰਦ ਬਣਿਆ, ਤੁਹਾਡੇ ਦਰਸ਼ਨਾਂ ਵਿੱਚ ਬੜੇ ਸੁੱਖ ਹਨ, ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ, ਐਸੀ ਬਖਸ਼ਿਸ਼ ਹੋਈ ਹੈ। ਆਪਣੋ ਜਾਣ ਕੀਨ ਆਗਮਨ, ਸਤਿਗੁਰੂ ਪਾਤਸ਼ਾਹ ਤੁਸੀਂ ਆਪਣਾ ਜਾਣ ਕੇ ਇੱਥੇ ਆਏ ਹੋ ਨਾ, ਬਗਾਨੇ ਕੋਲ ਥੋੜ੍ਹੀ ਜਾਇਆ ਜਾਂਦਾ, ਬਗਾਨੇ ਕੋਲ ਤਾਂ ਕੋਈ ਵੀ ਨਹੀਂ ਜਾਂਦਾ, ਆਪਣੇ ਕੋਲ ਹੀ ਜਾਇਆ ਜਾਂਦਾ। ਮਹਾਰਾਜ ਆਪਣਾ ਜਾਣ ਕੇ ਮੈਨੂੰ ਦਾਸ ਜਾਣ ਕੇ ਤੁਸੀਂ ਮੇਰੇ ਕੋਲ ਆਏ ਹੋ। ਸੰਤੋ ਬਾਰ ਦੁਸ਼ਟ ਦਲ ਦਮਨ, ਸਤਿਗੁਰੂ ਪਾਤਸ਼ਾਹ ਦਮਨੂ ਆਪ ਸੰਤਾਂ ਦਾ ਭਲਾ ਕਰਨ ਵਾਲੇ, ਸੰਤਾਂ ਦਾ ਭਲਾ ਕਰਨ ਆਏ ਹੋ, ਸੰਤਾਂ ਨੂੰ ਬਚਾਉਣ ਆਏ ਹੋ, ਅਤੇ ਜਿਹੜੇ ਦੁਸ਼ਟ ਨੇ ਉਹਨਾਂ ਨੂੰ ਨਾਸ ਕਰਨ ਵਾਸਤੇ ਆਏ। ਸੰਤੋ ਬਾਰਨ ਬਚਨ ਮਹਾਰਾਜ ਨੇ ਆਪ ਹੀ ਲਿਖਿਆ ਨਾ, ਕਹਿਣ ਲੱਗੇ ਕਿ ਦੁਸ਼ਟ ਸਭਨ ਕੋ ਮੂਲ ਉਪਾਰਨ, ਆਪ ਦੁਸ਼ਟਾਂ ਦੀਆਂ ਜੜ੍ਹਾਂ ਪੱਟਣ ਆਏ, ਜਿਵੇਂ ਔਰੰਗਜ਼ੇਬ ਦੀਆਂ ਪੱਟੀਆਂ, ਵੀ ਰਹੇਗਾ ਨਹੀਂ ਖਾਨਦਾਨ ਹੀ ਨਹੀਂ ਰਹੇਗਾ, ਔਰੰਗਜ਼ੇਬ ਦਾ ਰਾਜਭਾਗ ਹੀ ਨਹੀਂ ਰਹੇਗਾ, ਇਸ ਤਰ੍ਹਾਂ ਦੁਸ਼ਟਾਂ ਦੀਆਂ ਜੜ੍ਹਾਂ ਪੱਟ ਦਿੰਦੇ ਮਹਾਰਾਜ। ਅਤੇ ਜਿਹੜੇ ਤੁਹਾਡੇ ਪਿਆਰੇ ਨੇ ਉਹਨਾਂ ਦੇ ਬੜੀ ਕਿਰਪਾ ਕਰਕੇ ਨਿਹਾਲ ਕਰ ਦਿੰਦੇ ਹੋ। ਖੁਸ਼ੀ ਕਰੀ ਪ੍ਰਭੇ ਅਰੂੜ, ਸਤਿਗੁਰੂ ਪਾਤਸ਼ਾਹ ਇੱਕ ਦਿਨ ਹੋਰ ਰਹਿ ਕੇ ਕਹਿਣ ਲੱਗੇ ਵੀ ਨਹੀਂ ਹੁਣ ਅਸੀਂ ਜਾਣਾ ਹੈ, ਅਤੇ ਪਾਤਸ਼ਾਹ ਖੁਸ਼ੀ ਦੇ ਕੇ ਫਿਰ ਇੱਥੋਂ ਅੱਗੇ ਚੱਲੇ ਹਨ। ਗਮਨੇ ਮਾਰਕੋ ਗੁਣ ਗੂੜ, ਪਾਤਸ਼ਾਹ ਮਹਾਰਾਜ ਦੀ ਜਿਨ੍ਹਾਂ ਵਿੱਚ ਬੇਅੰਤ ਗੁਣ ਨੇ ਰਸਤੇ ਦੇ ਉੱਪਰ ਚੱਲ ਪਏ ਹਨ। ਪਹੁੰਚੇ ਨਿਕਟ ਥੋੜੀ ਜਾਣੀ, ਗੁਰਮੁਖੋ ਥੇੜੀ ਨਾਮ ਦਾ ਪਿੰਡ ਹੈ, ਅੱਜ ਵੀ ਆਪ ਸੰਗਤਾਂ ਜਾਓਗੇ ਨਾ ਮਾਲਵੇ ਦੇ ਵਿੱਚ, ਸੋ ਦਮਦਮਾ ਸਾਹਿਬ ਦੇ ਨੇੜੇ ਇਹ ਨਗਰ ਬਣਿਆ ਜਿਸ ਨੂੰ ਥੇੜੀ ਆਖਿਆ ਜਾਂਦਾ, ਇੱਥੇ ਮਹਾਰਾਜ ਪਹੁੰਚੇ। ਜਿਹੜੇ ਕਾਂ ਦਾ ਭਲਾ ਕਰਨਾ ਨਾ, ਕਾਂ ਦੇ ਬੱਚੇ ਦਾ, ਉਹ ਇਹੋ ਹੀ ਸਥਾਨ ਹੈ ਮਹਾਰਾਜ ਸਾਹਿਬ ਜੀਆਂ ਦਾ। ਮਹਾਰਾਜ ਸਾਹਿਬ ਦੀ ਚੱਲਦਿਆਂ ਚੱਲਦਿਆਂ ਇੱਥੇ ਇਹ ਥੇੜੀ ਨਾਮ ਦੇ ਨਗਰ ਪਹੁੰਚੇ ਹਨ। ਤਹਿਤੇ ਚੱਲ ਕਰ ਕਾਲ ਚਿਰਾਣੀ, ਇੱਥੋਂ ਫਿਰ ਮਹਾਰਾਜ ਸਾਹਿਬ ਜੀ ਇੱਕ ਚਿਰਾਣੀ ਪਿੰਡ ਹੈ, ਨਾਲ ਹੀ ਥੇੜੀ ਸਾਹਿਬ ਦੇ, ਥੇੜੀ ਜਿਹੜਾ ਪਿੰਡ ਹੈ ਇਹਦੇ ਨਾਲ ਹੀ ਇੱਕ ਚਿਰਾਣੀ ਨਾਮ ਦਾ ਪਿੰਡ ਹੈ। ਤਾਂ ਮਿਰੋਹ ਖਰੋ ਫਲਾਹੀ, ਉੱਥੇ ਇੱਕ ਫਲਾਹੀ ਦਾ ਰੁੱਖ ਹੈ, ਜਿੱਥੇ ਕਾਂ ਦਾ ਬੱਚਾ ਸੀ ਨਾ ਜਿਸ ਰੁੱਖ ਦੇ ਉੱਪਰ, ਉਹ ਫਲਾਹੀ ਦਾ ਰੁੱਖ ਸੀਗਾ। ਮਹਾਰਾਜ ਸਾਹਿਬ ਜੀ ਇੱਥੋਂ ਕੁਝ ਸਮਾਂ ਚੱਲ ਕੇ ਜਦੋਂ ਉਹ ਗਏ ਨਾ ਫਲਾਹੀ ਦੇ ਰੁੱਖ ਦੇ ਕੋਲ, ਅਤੇ ਮਹਾਰਾਜ ਉੱਥੇ ਪਹੁੰਚੇ ਹਨ। ਕਾਰੋ ਕਾਗਵ ਸੇ ਤਿਸ ਮਾਹੀ, ਇਸ ਫਲਾਹੀ ਦੇ ਰੁੱਖ ਦੇ ਉੱਪਰ ਇੱਕ ਕਾਲੇ ਰੰਗ ਦਾ ਕਾਂ ਰਹਿੰਦਾ ਹੈ, ਕਾਂ ਜਿਸ ਨੇ ਆਪਣਾ ਕਾਂ ਅਤੇ ਕੌਣੀ ਨੇ ਨਾ ਆਲ੍ਹਣਾ ਬਣਾਇਆ ਰੁੱਖ ਦੇ ਉੱਪਰ, ਅਤੇ ਇਹ ਫਲਾਹੀ ਦਾ ਰੁੱਖ ਹੈ, ਅਤੇ ਉਹਦੇ ਉੱਪਰ ਇਹ ਆਪਣਾ ਆਲ੍ਹਣਾ ਪਾ ਕੇ ਅਤੇ ਉਸ ਵੇਲੇ ਰਹਿੰਦੇ ਹਨ। ਲੋਕਤ ਭਾਖਿਓ ਤਿਸ ਬੇਰ, ਸਤਿਗੁਰੂ ਪਾਤਸ਼ਾਹ ਨੇ ਹੁਣ ਮਹਾਰਾਜ ਅਤੇ ਗੁਰਮੁਖੋ ਜਾਣੀ ਜਾਣ ਨੇ, ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਅੰਤਰ ਜਾਮੀ ਪੁਰਖ ਵਿਧਾਤੇ ਸਰਧਾ ਮਨ ਕੀ ਪੂਰੇ। ਕਈ ਵਾਰੀ ਸੇਵਾ ਕਰਦਿਆਂ ਗਲਤੀਆਂ ਹੋ ਜਾਂਦੀਆਂ, ਗਲਤੀਆਂ ਦੀ ਸਜ਼ਾ ਵੀ ਮਿਲਦੀ ਹੈ ਔਰ ਮਹਾਰਾਜ ਮਾਫ਼ੀ ਵੀ ਦੇ ਦਿੰਦੇ ਸੇਵਾ ਵੇਖ ਕੇ। ਹੁਣ ਜਾਣੀ ਜਾਣ ਮਹਾਰਾਜ ਨੂੰ ਪਤਾ ਹੈ ਵੀ ਇੱਥੇ ਇੱਕ ਸਾਡਾ ਸਿੱਖ ਕਾਂ ਦੀ ਜੂਣ ਵਿੱਚ ਪਿਆ ਹੈ। ਜਦੋਂ ਮਹਾਰਾਜ ਸਾਹਿਬ ਜੀ ਉਹ ਫਲਾਹੀ ਦੇ ਰੁੱਖ ਦੇ ਕੋਲ ਗਏ ਨਾ, ਤਾਂ ਰੁੱਖ ਵੱਲ ਵੇਖਿਆ ਮਹਾਰਾਜ ਨੇ ਨਿਗਾਹ ਭਰ ਕੇ, ਅਤੇ ਉਸ ਵੇਲੇ ਫਿਰ ਪਾਤਸ਼ਾਹ ਕਹਿਣ ਲੱਗੇ ਹਨ। ਧਰਮ ਸਿੰਘ ਤਰਕੀ ਦਿਸ਼ ਹੇਰ, ਗੁਰਮੁਖੋ ਭਾਈ ਪਰਮ ਸਿੰਘ ਅਤੇ ਭਾਈ ਧਰਮ ਸਿੰਘ ਇਹ ਮਹਾਰਾਜ ਦੇ ਦੋ ਸਿੱਖ ਸਨ, ਮਹਾਰਾਜ ਦੇ ਨਾਲ ਸੇਵਾ ਵਿੱਚ ਲੱਗੇ ਹੋਏ ਭਾਈ ਰੂਪਾ ਜੀ ਹੋਏ ਨਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਸਿੱਖ, ਜਿਨ੍ਹਾਂ ਨੇ ਮਹਾਰਾਜ ਨੂੰ ਜਲ ਛਕਾਇਆ ਸੀਗਾ ਅਤੇ ਪ੍ਰਣ ਕੀਤਾ ਸੀ ਵੀ ਉਹਨਾਂ ਚਿਰ ਪਾਣੀ ਨਹੀਂ ਪੀਵਾਂਗੇ ਜਿੰਨਾ ਚਿਰ ਸਤਿਗੁਰੂ ਨਹੀਂ ਇੱਥੋਂ ਪਾਣੀ ਪੀਂਦੇ ਆ ਕੇ।
ਉਹਨਾਂ ਦੇ ਖਾਨਦਾਨ ਵਿੱਚੋਂ। ਅੱਜ ਵੀ ਆਪ ਸੰਗਤਾਂ ਦਮਦਮਾ ਸਾਹਿਬ ਦਰਸ਼ਨ ਕਰਨ ਜਾਓਗੇ, ਇਹਨਾਂ ਗੁਰਮੁਖਾਂ ਦਾ ਸਥਾਨ ਬਣਿਆ ਹੈ, ਭਾਈ ਪਰਮ ਸਿੰਘ, ਭਾਈ ਧਰਮ ਸਿੰਘ ਦਾ। ਮਹਾਰਾਜ ਦੇ ਕੋਲ ਸਨ ਇਹ ਦੋਨੇ ਭਰਾ ਮਾਲਵੇ ਦੇ। ਪਾਤਸ਼ਾਹ ਜੀ ਉਸ ਵੇਲੇ ਕਹਿਣ ਲੱਗੇ, ਕਹਿੰਦੇ ਧਰਮ ਸਿੰਘ, ਉਹ ਸਾਹਮਣੇ ਰੁੱਖ ਵੱਲ ਵੇਖ, ਜਿਹੜਾ ਫਲਾਈ ਦਾ ਰੁੱਖ ਹੈ ਨਾ, ਜਿਹਦੇ ਵੱਲ ਨਿਗਾਹ ਮਾਰੀ ਮਹਾਰਾਜ ਨੇ, ਉਸ ਫਲਾਈ ਦੇ ਰੁੱਖ ਵੱਲ ਇਸ਼ਾਰਾ ਕੀਤਾ। ਪਾਤਸ਼ਾਹ ਕਹਿੰਦੇ ਧਰਮ ਸਿੰਘ ਜੀ, ਉਹ ਸਾਹਮਣੇ ਰੁੱਖ ਹੈ ਫਲਾਈ ਦਾ, ਉਹਦੇ ਵੱਲ ਵੇਖੋ। ਇਸ ਤਰ੍ਹਾਂ ਮਹਾਰਾਜ ਨੇ ਇਸ਼ਾਰਾ ਕੀਤਾ ਹੈ। ਅਤੇ ਉਸ ਵੇਲੇ ਭਾਈ ਧਰਮ ਸਿੰਘ ਨੇ ਵੇਖ ਕੇ ਰੁੱਖ ਦੇ ਵੱਲ ਆਖਿਆ, ਮਹਾਰਾਜ ਹੁਕਮ ਕੀ ਹੈ? ਪਾਤਸ਼ਾਹ ਕਹਿੰਦੇ ਵੀ ਇੱਥੇ ਇੱਕ ਕਾਂ ਨੇ ਆਪਣਾ ਆਲ੍ਹਣਾ ਬਣਾਇਆ ਹੋਇਆ ਇਸ ਰੁੱਖ ਦੇ ਉੱਪਰ ਨਾ, ਜਿਹਦੇ ਵੱਲ ਅਸੀਂ ਇਸ਼ਾਰਾ ਕੀਤਾ ਹੈ, ਅਲਨਾ ਇੱਕ ਕਾਂ ਨੇ ਇਹਦੇ ਉੱਪਰ ਬਣਾਇਆ ਹੋਇਆ ਹੈ। ਤਿੰਨ ਬਚਤ ਇਸਕੇ ਵਿੱਚ ਹੈ। ਤੇ ਮਹਾਰਾਜ ਕਹਿੰਦੇ ਵੀ ਇਹਦੇ ਅਲਨੇ ਵਿੱਚ ਕਾਂ ਦੇ ਤਿੰਨ ਬੱਚੇ ਨੇ, ਤਿੰਨ ਬੱਚਿਆਂ ਨੇ ਜਨਮ ਲਿਆ ਹੈ, ਅਲਨੇ ਵਿੱਚ ਉਹ ਬੈਠੇ ਨੇ। ਇਹ ਜਿਹੜਾ ਫਲਾਹੀ ਦਾ ਰੁੱਖ ਹੈ ਇਹਦੇ ਉੱਪਰ ਅਲਨਾ, ਅਲਨੇ ਵਿੱਚ ਕਾਂ ਦੇ ਤਿੰਨ ਬੱਚੇ ਜਿਨ੍ਹਾਂ ਦਾ ਥੋੜੇ ਸਮੇਂ ਪਹਿਲਾਂ, ਕੁਝ ਦਿਨ ਪਹਿਲਾਂ ਜਨਮ ਹੋਇਆ ਹੈ। ਚੋਂਚ ਪਸਾਰਾ ਆਏ ਤੁਜ ਉਰੀ। ਮਹਾਰਾਜ ਕਹਿੰਦੇ ਉਹਨਾਂ ਤਿੰਨ ਕਾਂ ਦੇ ਬੱਚਿਆਂ ਵਿੱਚੋਂ ਨਾ ਇੱਕ ਬੱਚਾ ਤੇਰੇ ਵੱਲ ਵੇਖੇਗਾ, ਤੂੰ ਇਸ ਰੁੱਖ ਦੇ ਉੱਪਰ ਚੜ੍ਹ ਜਾ, ਚੜ੍ਹ ਕੇ ਅਲਨੇ ਦੇ ਕੋਲ ਪਹੁੰਚ। ਜਦੋਂ ਤੂੰ ਅਲਨੇ ਕੋਲ ਪਹੁੰਚੇਗਾ, ਉਹਨਾਂ ਤਿੰਨਾਂ ਬੱਚਿਆਂ ਵਿੱਚੋਂ ਇੱਕ ਬੱਚਾ ਤੇਰੇ ਵੱਲ ਵੇਖੇਗਾ ਅਤੇ ਉਹ ਮੂੰਹ ਖੋਲ੍ਹ ਕੇ ਤੇਰੇ ਵਾਲੇ ਪਾਸੇ ਨੂੰ ਆਵੇਗਾ। ਹੁਣ ਸਤਿਗੁਰਾਂ ਦੇ ਬਚਨ ਨੇ ਨਾ, ਮਹਾਰਾਜ ਸੋਝੀ ਵੀ ਤਾਂ ਦੇ ਦਿੰਦੇ ਨਾ ਜਨਮਾਂ ਵਿੱਚ ਪਿਆ ਨੂੰ। ਪਾਤਸ਼ਾਹ ਬੜੀ ਕਿਰਪਾ ਕਰਦੇ, ਬਚਨ ਆਪਾਂ ਪੜ੍ਹਦੇ ਹਾਂ। ਪਸ਼ੂ ਪ੍ਰੇਤ ਮੁਗਧ ਕੋ ਤਾਰੈ ਪਾਹਨ ਪਾਰ। ਪਸ਼ੂਆਂ ਦਾ ਮਹਾਰਾਜ ਭਲਾ ਕਰਦੇ, ਪੰਛੀਆਂ ਦਾ ਵੀ ਭਲਾ ਕਰ ਦਿੰਦੇ। ਸਤਿਗੁਰੂ ਕਹਿੰਦੇ ਰੁੱਖ ਦੇ ਉੱਪਰ ਚੜ੍ਹੋਗੇ ਭਾਈ ਧਰਮ ਸਿੰਘ, ਇਹਨਾਂ ਤਿੰਨਾਂ ਬੱਚਿਆਂ ਵਿੱਚੋਂ ਇੱਕ ਬੱਚਾ ਤੇਰੇ ਵੱਲ ਮੂੰਹ ਆਪਣਾ ਖੋਲ੍ਹ ਕੇ, ਚੁੰਝ ਖੋਲ੍ਹ ਕੇ ਤੇਰੇ ਵਾਲੇ ਪਾਸੇ ਨੂੰ ਆਵੇਗਾ, ਅਤੇ ਜਿਹੜਾ ਤਿੰਨਾਂ ਵਿੱਚੋਂ ਤੇਰੇ ਵਾਲੇ ਪਾਸੇ ਆਵੇ ਅਤੇ ਫਿਰ ਤੂੰ ਇਸ ਤਰ੍ਹਾਂ ਕਰਨਾ ਹੈ, ਉਹਦੀ ਧੌਣ ਤੂੰ ਮਰੋੜ ਕੇ ਮਾਰ ਦੇਣਾ ਹੈ। ਜਦੋਂ ਤੇਰੇ ਵਾਲੇ ਆਵੇ ਤੂੰ ਉਹਨੂੰ ਫੜ ਲੈਣਾ, ਬੱਚੇ ਨੂੰ, ਉਹਦੀ ਧੌਣ ਮਰੋੜ ਕੇ ਉਹਨੂੰ ਮਾਰ ਦੇਣਾ ਹੈ। ਸਿੰਘ ਨਾਲ ਦੇ ਹੈਰਾਨ ਨੇ ਵੀ ਨਿੱਕਾ ਜਿਹਾ ਬੱਚਾ ਬੋਟ, ਉਹਦੀ ਧੌਣ ਮਰੋੜ ਕੇ ਮਾਰਨਾ, ਵੀ ਇਹ ਕਿਹੜਾ ਕਿਸੇ ਕੰਮ ਆਉਣਾ ਹੈ, ਵੀ ਇਹ ਮਹਾਰਾਜ ਨੇ ਕਿਉਂ ਆਖਿਆ? ਪਰ ਹੁਣ ਸਤਿਗੁਰਾਂ ਦੇ ਬਚਨ ਨੇ, ਨਾ ਮੋੜੇ ਜਾ ਸਕਦੇ, ਨਾ ਕੋ ਅੱਗੋਂ ਹਟਕਾਰ ਕਰ ਸਕਦਾ ਹੈ। ਮਹਾਰਾਜ ਨੇ ਸਮਝਾਇਆ, ਕਹਿਣ ਲੱਗੇ ਵੀ ਉਹਨਾਂ ਤਿੰਨਾਂ ਬੱਚਿਆਂ ਵਿੱਚੋਂ ਜਿਹੜਾ ਤੇਰੇ ਵੱਲ ਵੇਖ ਕੇ ਮੂੰਹ ਖੋਲ੍ਹੇਗਾ, ਉਹਦੀ ਧੌਣ ਮਰੋੜ ਕੇ ਉਹਦੀ ਛੁੱਟੀ ਕਰਾ ਦੇ ਸਰੀਰ ਵਿੱਚੋਂ। ਇਸ ਤਰ੍ਹਾਂ ਬਚਨ ਆਖਦੇ ਹਨ। ਕੁਛ ਨਾ ਕਹੀ ਜਾ, ਨਾਲ ਹੀ ਇਹ ਗੱਲ ਆਖੀ ਵੀ ਦੂਜੇ ਦੋ ਬੱਚਿਆਂ ਨੂੰ ਕੁਝ ਨਹੀਂ ਕਹਿਣਾ ਹੈ, ਤਿੰਨ ਬੱਚੇ ਨੇ, ਇੱਕ ਨੂੰ ਹੀ ਜਿਹੜਾ ਸਾਡਾ ਸਿੱਖ ਬਣਿਆ ਕਾਂ ਦੇ ਜਨਮ ਦੇ ਵਿੱਚ ਪਿਆ, ਬਸ ਉਹਦਾ ਹੀ ਉਧਾਰ ਕਰਨਾ। ਬਾਕੀ ਦੋ ਬੱਚਿਆਂ ਦਾ ਅਜੇ ਜਨਮ ਹੈ, ਅਜੇ ਉਮਰਾਂ ਹੈ, ਅਜੇ ਉਹਨਾਂ ਨੇ ਆਪਣੇ ਕਰਮ ਭੋਗਣੇ, ਬਾਕੀ ਦੋਵਾਂ ਨੂੰ ਕੁਝ ਨਹੀਂ ਕਹਿਣਾ ਹੈ। ਚੜ ਫੁਲਾ ਪਰ ਜਾਹੋ ਗਹੀ ਜਾ, ਤੇ ਚੜੋ ਇਹ ਫਲਾਹੀ ਦਾ ਰੁੱਖ ਹੈ ਤੇ ਜਾ ਕੇ ਇਹ ਸਾਡਾ ਜਿਹੜਾ ਬਚਨ ਅਸੀਂ ਦੱਸਿਆ ਨਾ, ਮਹਾਰਾਜ ਨੇ ਪਹਿਲਾਂ ਹੀ ਸਮਝਾਇਆ ਥੱਲੇ ਖਲੋਤੇ ਨੂੰ ਵੀ ਇਹ ਕੰਮ ਕਰਨਾ ਹੈ, ਜਾਓ ਰੁੱਖ ਦੇ ਉੱਪਰ ਚੜੋ ਤੇ ਸਾਡਾ ਜਿਹੜਾ ਕੰਮ ਕਰਨਾ ਕਰੋ। ਸੁਣ ਗੁਰ ਹੁਕਮ ਗਏ ਜੁਗ ਭਰਾਤਾ। ਇਹ ਦੋ ਭਰਾ ਸਨ ਗੁਰਮੁਖੋ, ਧਰਮ ਸਿੰਘ ਤੇ ਭਾਈ ਪਰਮ ਸਿੰਘ, ਇਹਨਾਂ ਦੇ ਨਾਮ, ਇੱਕ ਦਾ ਨਾਮ ਸੀ ਪਰਮ ਸਿੰਘ, ਇੱਕ ਦਾ ਨਾਮ ਸੀ ਧਰਮ ਸਿੰਘ। ਬਚਨ ਹੋਇਆ ਮਹਾਰਾਜ ਸਾਹਿਬ ਜੀ ਦਾ, ਇਹ ਦੋਨੇ ਜਾਣੇ ਚੱਲ ਪਏ ਫਲਾਈ ਦੇ ਰੁੱਖ ਵੱਲ ਨੂੰ ਕਿ ਮਹਾਰਾਜ ਦਾ ਹੁਕਮ ਮੰਨਣਾ ਹੈ। ਬਾਇਸ ਵਸ਼ਤ ਵੇ ਲੋਕ ਸਤਾਤਾ। ਸੋ ਜਦੋਂ ਇਹ ਪਹੁੰਚੇ ਰੁੱਖ ਦੇ ਕੋਲ, ਚੜ੍ਹਨ ਲੱਗੇ ਉੱਪਰ, ਤੇ ਉੱਥੇ ਕਾਂ ਵੀ ਕੋਲ ਬੈਠਾ ਹੋਇਆ, ਉਹਨੇ ਵੇਖਿਆ ਵੀ ਇਹ ਮੇਰੇ ਬੱਚਿਆਂ ਨੂੰ ਖਤਰਾ ਹੈ, ਵੀ ਕੋਈ ਇਨਸਾਨ ਆ ਗਿਆ ਹੈ। ਅਤੇ ਕਾਵਾਂ ਦਾ ਸੁਭਾਅ ਹੁੰਦਾ ਵੀ ਰੌਲਾ ਪਾਉਣ ਲੱਗ ਪੈਣਾ, ਕਾਂ ਕਾਂ ਕਰਨ ਲੱਗ ਪੈਣਾ। ਜਿੰਨਾ ਕੁ ਉਹਦੇ ਵਿੱਚ ਬਲ ਸੀਗਾ ਉਹਨੇ ਉਡਾਰੀਆਂ ਮਾਰੀਆਂ ਇੱਧਰ ਉੱਧਰ, ਅਤੇ ਥੋੜ੍ਹਾ ਬਹੁਤਾ ਰੌਲਾ ਵੀ, ਸ਼ੋਰ ਸ਼ਰਾਬਾ ਵੀ ਪਾਇਆ ਕਾਂ ਨੇ,
ਵੀ ਮੇਰੇ ਬੱਚਿਆਂ ਨੂੰ ਕੋਈ ਦੁੱਖ ਦੇਣ ਵਾਸਤੇ ਆਇਆ ਹੈ। ਧਰਮ ਸਿੰਘ ਤਰੁਕੇ ਤਰ ਖਰਿਓ, ਤੇ ਭਾਈ ਧਰਮ ਸਿੰਘ ਥੱਲੇ ਖੜ ਗਏ ਦੱਸਣ ਵਾਸਤੇ, ਜਿਹੜਾ ਰੁੱਖ ਹੈ ਨਾ ਉਹਦੀਆਂ ਜੜ੍ਹਾਂ ਦੇ ਕੋਲ ਥੱਲੇ ਖੜ ਗਿਆ ਵੀ ਮੈਂ ਥੱਲਿਓਂ ਤੈਨੂੰ ਦੱਸਾਂਗਾ ਵੀ ਅਲਦਨਾ ਕਿੱਥੇ ਆ, ਨਾਲੇ ਮੈਂ ਕਾਂ ਨੂੰ ਥੋੜ੍ਹਾ ਜਿਹਾ ਡਰਾਵਾ ਦੇ ਕੇ ਸੋਟੀ ਵਗੈਰਾ ਡੰਡਾ ਵਿਖਾ ਕੇ ਕਾਂ ਨੂੰ ਪਰੇ ਭਜਾਵਾਂਗਾ, ਤੇਰੇ ਕੋਲ ਨਹੀਂ ਆਵੇਗਾ, ਠੂੰਗਾ ਵਗੈਰਾ ਨਹੀਂ ਮਾਰੇਗਾ। ਅਤੇ ਆਪਣੇ ਦੂਜੇ ਭਰਾ ਨੂੰ ਆਖਿਆ ਵੀ ਤੂੰ ਚੜ੍ਹ ਕੇ ਇਹਦੇ ਉੱਪਰ ਇਹ ਕੰਮ ਜਿਹੜਾ ਮਹਾਰਾਜ ਨੇ ਆਖਿਆ ਉਹ ਕਰ। ਭਾਈ ਧਰਮ ਸਿੰਘ ਥੱਲੇ ਖੜ ਗਿਆ ਹੱਥ ਵਿੱਚ ਸੋਟੀ ਲੈ ਕੇ ਕਾਂ ਨੂੰ ਡਰਾਵਾ ਦੇਣ ਵਾਸਤੇ, ਅਤੇ ਦੂਜੇ ਭਰਾ ਨੂੰ ਪਰਮ ਸਿੰਘ ਨੂੰ ਆਖਿਆ ਵੀ ਤੁਸੀਂ ਇਹਦੇ ਉੱਪਰ ਚੜ੍ਹਨਾ ਕਰੋ। ਪਰਮ ਸਿੰਘ ਉੱਪਰ ਤਬ ਚੜ੍ਹਿਓ, ਅਤੇ ਉਸ ਵੇਲੇ ਭਾਈ ਪਰਮ ਸਿੰਘ ਜੀ ਮਹਾਰਾਜ ਸਾਹਿਬ ਜੀ ਦਾ ਬਚਨ ਜਿਵੇਂ ਹੋਇਆ ਸੀ ਉਹ ਫਲਾਈ ਦੇ ਰੁੱਖ ਨੂੰ ਟਾਹਣਿਆਂ ਨੂੰ ਹੱਥ ਪਾ ਕੇ ਅਤੇ ਭਾਈ ਸਾਹਿਬ ਉੱਤੇ ਚੜ੍ਹ ਗਏ ਹਨ। ਤਿੰਨ ਉੱਤੇ ਇੱਕ ਚੋਂਚ ਪਸਾਰੀ, ਇਹ ਵਾਕਿਆ ਹੀ ਮਹਾਰਾਜ ਦਾ ਜਿਵੇਂ ਬਚਨ ਸੀਗਾ ਵੀ ਆਲਣੇ ਵਿੱਚ ਤਿੰਨ ਬੱਚੇ ਨੇ, ਉਹ ਵਾਕਿਆ ਹੀ ਤਿੰਨ ਹੀ ਬੱਚੇ ਸਨ। ਅਤੇ ਮਹਾਰਾਜ ਸਾਹਿਬ ਜੀ ਨੇ ਆਖਿਆ ਸੀ ਵੀ ਇੱਕ ਬੱਚਾ ਤੇਰੇ ਵੱਲ ਵੇਖੇਗਾ ਅਤੇ ਮੂੰਹ ਖੋਲ੍ਹੇਗਾ। ਜਦੋਂ ਭਾਈ ਪਰਮ ਸਿੰਘ ਕੋਲ ਹੋਏ ਆਲਣੇ ਦੇ, ਤਾਂ ਉਹਨਾਂ ਤਿੰਨਾਂ ਵਿੱਚੋਂ ਇੱਕ ਬੱਚੇ ਨੇ ਵੇਖਿਆ ਭਾਈ ਪਰਮ ਸਿੰਘ ਦੇ ਵੱਲ, ਅਤੇ ਨਾਲੇ ਆਪਣੀ ਚੁੰਝ ਖੋਲ੍ਹੀ ਹੈ, ਮੂੰਹ ਆਪਣਾ ਖੋਲ੍ਹਿਆ ਹੈ। ਪਰਖ ਲਿਓ ਗਏ ਹੱਥ ਮਝਾਰੇ, ਉਸ ਵੇਲੇ ਭਾਈ ਪਰਮ ਸਿੰਘ ਨੇ ਪਰਖ ਲਿਆ ਵੀ ਹਾਂ ਮਹਾਰਾਜ ਨੇ ਆਖਿਆ ਸੀ ਵੀ ਤਿੰਨਾਂ ਵਿੱਚੋਂ ਤੇਰੇ ਵੱਲ ਇੱਕ ਵੇਖੇਗਾ, ਮੂੰਹ ਵੀ ਖੋਲ੍ਹੇਗਾ, ਇਹ ਉਹੋ ਹੀ ਹੈ, ਮੇਰੇ ਵੱਲ ਵੀ ਵੇਖਦਾ ਪਿਆ, ਇਹ ਮੂੰਹ ਵੀ ਖੋਲ੍ਹਦਾ ਪਿਆ, ਵੀ ਇਹਦੇ ਵੱਲ ਹੀ ਇਸ਼ਾਰਾ ਕੀਤਾ ਵੀ ਇਹਦਾ ਕੰਮ ਕਰਨ ਵਾਸਤੇ ਮੈਂ ਆਇਆ ਹਾਂ। ਚੰਗੀ ਤਰ੍ਹਾਂ ਇਹ ਪਰਖ ਕਰਕੇ ਵੇਖ ਕੇ ਉਸ ਵੇਲੇ ਗਰੀਬਾ ਤੁਰ ਤੁਰਤ ਹੀ ਮਾਰਾ, ਅਤੇ ਉਸ ਵੇਲੇ ਭਾਈ ਪਰਮ ਸਿੰਘ ਨੇ ਫੜ ਕੇ ਉਹਦੀ ਧੌਣ ਮਰੋੜ ਦਿੱਤੀ, ਮਰੋੜ ਕੇ ਅਤੇ ਝਾਟ ਹੀ ਉਹਨੂੰ ਮਾਰ ਕੇ ਅਤੇ ਉਹਦਾ ਫਤਿਹ ਮੋਰਚਾ ਕਰ ਦਿੱਤਾ, ਮਰ ਗਿਆ ਉਹ ਕਾਂ ਦਾ ਬੱਚਾ। ਸਤਿਗੁਰੂ ਜਾਣਦੇ, ਜਿਵੇਂ ਪਿੱਛੇ ਆਪਾਂ ਇਤਿਹਾਸ ਵਿੱਚ ਬਚਨ ਸਰਵਣ ਕੀਤਾ ਹੈ ਨਾ, ਇੱਕ ਤਿੱਤਰ ਬੋਲਦਾ ਪਿਆ ਸੀ ਅਤੇ ਮਹਾਰਾਜ ਨੇ ਆਖਿਆ ਵੀ ਇਹ ਤਿੱਤਰ ਜਿਹੜਾ ਨੇ ਇਸੇ ਜ਼ਮੀਨ ਦਾ ਮਾਲਕ ਹੈ, ਪਤਾ ਨਹੀਂ ਕਿੰਨੇ ਜਨਮ ਲੈ ਕੇ ਇੱਥੇ ਹੀ ਬੈਠਦਾ ਆ ਕੇ, ਇਹ ਦਾਅਵਾ ਨਹੀਂ ਛੱਡਦਾ ਪਿਆ, ਕਹਿੰਦਾ ਜ਼ਮੀਨ ਮੇਰੀ ਹੈ ਵੀ ਮੈਂ ਜਾਗੀਰਦਾਰ ਹਾਂ। ਪਰ ਇਹਨੂੰ ਇਹ ਨਹੀਂ ਪਤਾ ਵੀ ਜਨਮ ਜਾਗੀਰਦਾਰ ਵਾਲਾ ਤਾਂ ਕਿਤੇ ਪਹਿਲਾਂ ਲੰਘ ਗਿਆ, ਉਦੋਂ ਮਗਰੋਂ ਪਤਾ ਨਹੀਂ ਕਿੰਨੇ ਕੁ ਜਨਮ ਲਏ। ਮਹਾਰਾਜ ਕਹਿੰਦੇ ਜਾਓ ਫੜ ਕੇ ਲਿਆਓ ਨਿਸ਼ਾਨੀ, ਤੁਹਾਨੂੰ ਅਸ ਦੱਸ ਦਈਏ ਵੀ ਇਹ ਜਿਹੜਾ ਤਿੱਤਰ ਕਾਣਾ ਹੈ, ਵੀ ਇੱਕ ਅੱਖ ਹੈ ਹੀ ਨਹੀਂ ਹੈ, ਕਾਣਾ ਅੱਖੋਂ। ਸਿੱਖ ਭੱਜ ਕੇ ਗਏ, ਤਿੱਤਰ ਫੜ ਕੇ ਲਿਆਂਦਾ, ਵੇਖਿਆ ਤਾਂ ਵਾਕਿਆ ਹੀ ਇੱਕ ਅੱਖੋਂ ਕਾਣਾ ਸੀਗਾ। ਮਹਾਰਾਜ ਕਹਿੰਦੇ ਵੀ ਚਲੋ ਇਹਦਾ ਭਲਾ ਕਰੋ, ਭਾਈ ਜਨਮਾਂ ਵਿੱਚ ਪਿਆ ਹੋਇਆ। ਇਸ ਤਰ੍ਹਾਂ ਹੁਣ ਬਚਨ ਕਰਦੇ, ਕਹਿਣ ਲੱਗੇ ਤਿੰਨਾਂ ਵਿੱਚੋਂ ਇੱਕ ਤੇਰੇ ਵੱਲ ਵੇਖੇਗਾ, ਜਿਹੜਾ ਵੇਖੇਗਾ ਉਹਦਾ ਹੀ ਭਲਾ ਕਰਨਾ ਹੈ। ਉਹ ਤਿੰਨਾਂ ਵਿੱਚੋਂ ਜਿਹੜੇ ਵੇਖਿਆ, ਭਾਈ ਪਰਮ ਸਿੰਘ ਨੇ ਉਸ ਨੂੰ ਫਿਰ ਮਾਰ ਦਿੱਤਾ ਹੈ। ਸਵੇ ਨਿਹਾਰਤ ਬਿਸਮ ਉਚਾਰਾ, ਮਹਾਰਾਜ ਦੇ ਸਿੰਘ ਵੇਖ ਕੇ ਹੈਰਾਨ ਹੋ ਗਏ, ਪਾਤਸ਼ਾਹ ਇਹ ਕੀ ਕੀਤਾ, ਇੱਕ ਨਿੱਕੇ ਜਿਹੇ ਬੂਟ ਨੂੰ ਮਾਰ ਦਿੱਤਾ। ਇਹ ਤਰਸਾਉਣਾ ਚਾਹੀਦਾ ਨਾ, ਅਸੀਂ ਨਿੱਕੀਆਂ ਨਿੱਕੀਆਂ ਜੀਵ ਜਿੰਦਾਂ ਰੱਬ ਨੇ ਬਣਾਈਆਂ, ਸਾਰੇ ਰੱਬ ਨੇ ਹੀ ਬਣਾਏ ਨਾ, ਪਰਮੇਸ਼ੁਰ ਨੇ ਬਣਾਏ ਸਾਰੇ ਸਰੀਰ, ਇਹ ਧਰਤੀ 'ਤੇ ਸਾਰਿਆਂ ਵਾਸਤੇ ਸਾਂਝੀ ਬਣਾਈ ਹੈ। ਵੱਖਰੀ ਗੱਲ ਹੈ ਕਿ ਬੰਦਾ ਕਬਜ਼ਾ ਹੀ ਕਰਕੇ ਬੈਠ ਗਿਆ, ਔਰ ਕਬਜ਼ਾ ਵੀ ਇਹੋ ਜਿਹਾ ਕੀਤਾ, ਨਾ ਇਹ ਪੰਛੀਆਂ ਨੂੰ ਰਹਿਣ ਦੇਣਾ ਚਾਹੁੰਦਾ, ਨਾ ਇਹ ਪਸ਼ੂਆਂ ਨੂੰ ਰਹਿਣ ਦੇਣਾ ਚਾਹੁੰਦਾ, ਆਪਣੀ ਇਕੱਲੇ ਦੀ ਮਾਲਕੀਅਤ ਰੱਖਣੀ ਚਾਹੁੰਦਾ ਹੈ। ਰੁੱਖ ਵੱਢ ਦਿੱਤੇ ਪੰਛੀ ਨਾ ਬੈਠ ਜਾਣ, ਜਾਨਵਰਾਂ ਨੂੰ ਮਾਰ ਦਿੱਤਾ ਵੀ ਦਿਸਣੇ ਨਹੀਂ ਚਾਹੀਦੇ, ਪਰ ਹੱਕ ਤਾਂ ਸਾਰਿਆਂ ਦਾ ਹੀ ਹੈ ਨਾ, ਰੱਬ ਨੇ ਬਣਾਈ ਹੈ ਸਾਰਿਆਂ ਵਾਸਤੇ ਦੁਨੀਆ। ਰੋ ਵਿਚਾਰ ਗੁਰਮੁਖੋ ਵੀ ਇਸ ਤਰ੍ਹਾਂ ਜਦੋਂ ਮਹਾਰਾਜ ਨੇ ਉਹ ਬੱਚਾ ਮਰਵਾ ਦਿੱਤਾ, ਸਿੱਖ ਹੈਰਾਨ ਹੋ ਗਿਆ ਵੀ ਇਹ ਮਹਾਰਾਜ ਨੇ ਕਿਉਂ ਇਸ ਤਰ੍ਹਾਂ ਮਰਵਾਇਆ ਭਾਈ ਇਹ ਬੱਚੇ ਨੂੰ। ਉਸ ਵੇਲੇ ਹੈਰਾਨ ਹੋ ਕੇ ਪਾਤਸ਼ਾਹ ਕਿਉਂ ਮਰਵਾਇਓ, ਉਸ ਵੇਲੇ ਸਿੱਖਾਂ ਨੇ ਪੁੱਛ ਹੀ ਲਿਆ ਕਿਉਂਕਿ ਮਹਾਰਾਜ ਨਾਲ ਪ੍ਰੇਮ, ਕਹਿੰਦੇ ਮਹਾਰਾਜ ਇਹ ਦੱਸੋ ਇਹਨੂੰ ਮਰਵਾਇਆ ਕਿਉਂ ਹੈ, ਕਾਂ ਦੇ ਬੱਚੇ ਨੂੰ ਇਹਨੇ ਆਪਣਾ ਵਿਚਾਰੇ ਨੇ ਕੀ ਵਿਗਾੜਿਆ, ਨਿੱਕੇ ਜਿਹੇ ਬੂਟ ਨੇ ਤੁਸੀਂ ਮਰਵਾ ਦਿੱਤਾ, ਉਹਦਾ ਕਾਰਨ ਕੀ ਹੈ? ਮਰਿਓ ਕਾਰਤ ਕਾਜ ਨਾ ਆਇਓ, ਮਹਾਰਾਜ ਇਹ ਕਾਂ ਦਾ ਬੱਚਾ ਇਹ ਕਿਹੜਾ ਕੋਈ ਕਿਤੇ ਕੰਮ ਆਉਣਾ ਹੈ, ਕੋਈ ਵੱਡਾ ਸ਼ਿਕਾਰ ਮਾਰਦੇ ਤਾਂ ਚਲੋ ਹੋ ਸਕਦਾ ਪਤੀਲੇ ਵਿੱਚ ਰਿੰਨ ਵੀ ਲੈਂਦੇ ਉਹਨੂੰ, ਇਹਨੂੰ ਮਾਰਿਆ ਨਿੱਕੇ ਜਿਹੇ ਬੂਟ ਨੂੰ, ਇਹ ਕਿਸੇ ਕੰਮ 'ਤੇ ਆਉਣਾ ਨਹੀਂ, ਮਾਰਿਆ ਕਿਉਂ, ਇਹਨੇ ਆਪਣਾ ਕੁਝ ਵਿਗਾੜਿਆ ਨਹੀਂ।
ਇਸ ਤਰ੍ਹਾਂ ਉਸ ਵੇਲੇ ਪੁੱਛ ਲਿਆ ਹੈ। ਸ਼੍ਰੀ ਮੁਖ ਤੇ ਬਿਰਤੰਤ ਉਚਾਰ ਮਹਾਰਾਜ ਕਹਿੰਦੇ ਨਹੀਂ ਭਾਈ, ਇਹਦਾ ਨਾ ਸਾਡਾ ਪੁਰਾਣਾ ਲੇਖਾ ਇਹਦੇ ਨਾਲ ਕੋਈ ਹਿਸਾਬ ਕਿਤਾਬ ਇਹਦੇ ਨਾਲ ਜੁੜਿਆ ਹੋਇਆ, ਅਸੀਂ ਤਾਂ ਉਹ ਪੂਰਾ ਕਰਦੇ ਪਏ ਇਹਦੇ ਨਾਲ। ਜਦੋਂ ਇਹ ਬਚਨ ਆਖਿਆ ਤਾਂ ਸਿੱਖਾਂ ਨੇ ਫਿਰ ਬੇਨਤੀ ਕੀਤੀ, ਮਹਾਰਾਜ ਫਿਰ ਦੱਸੋ ਵੀ ਉਹ ਬਿਰਤੰਤ ਕੀ ਹੈ, ਵੀ ਆਪ ਤਾਂ ਜਾਣੀ ਜਾਣ ਹੋਣਾ, ਸਾਨੂੰ ਤਾਂ ਨਹੀਂ ਪਤਾ, ਤੁਹਾਨੂੰ ਪਤਾ ਮਹਾਰਾਜ, ਦੱਸੋ ਵੀ ਇਹ ਕਾਂ ਦੀ ਜੂਨ ਵਿੱਚ ਕਿਵੇਂ ਪੈ ਗਿਆ, ਕੀ ਇਹਦਾ ਪਿਛਲਾ ਜਿਹਦੀ ਹਿਸਟਰੀ ਇਹਦੀ ਸਟੋਰੀ ਕੀ ਹੈ, ਇਤਿਹਾਸ ਕੀ ਇਹਦਾ ਪਿਛਲਾ, ਕੋਈ ਸਾਖੀ ਮਹਾਰਾਜ ਉਹ ਆਪ ਦੱਸਣਾ ਕਰੋ। ਪ੍ਰਥਮ ਲਾਂਗਰੀ ਹੁਤੋ ਹਮਾਰਾ ਮਹਾਰਾਜ ਕਹਿੰਦੇ ਭਾਈ ਇਹ ਸਾਡਾ ਲਾਂਗਰੀ ਸੀਗਾ, ਇਹ ਜਿਹੜਾ ਕਾਂ ਬਣਿਆ ਨਾ ਇਹ ਲੰਗਰ ਬਣਾਇਆ ਕਰਦਾ, ਸਾਡੇ ਲੰਗਰ ਵਿੱਚ ਇਹ ਸੇਵਾ ਕਰਦਾ। ਜਦੋਂ ਸੰਗਤਾਂ ਆਉਂਦੀਆਂ ਇਹਦੀ ਡਿਊਟੀ ਅਸੀਂ ਲਾਈ ਸੀ ਵੀ ਤੂੰ ਪ੍ਰਸ਼ਾਦਾ ਪਾਣੀ ਬਣਾਉਣਾ ਹੈ ਅਤੇ ਸੰਗਤ ਨੂੰ ਛਕਾਉਣਾ ਹੈ, ਅਤੇ ਇਹ ਸਾਡੇ ਲੰਗਰ ਵਿੱਚ ਹੀ ਰਹਿੰਦਾ ਔਰ ਪ੍ਰਸ਼ਾਦੇ ਬਣਾਉਣ ਦੀ ਲਾਂਗਰੀ ਹੈ ਅਤੇ ਸੇਵਾ ਕਰਦਾ ਹੈ। ਦੇਗ ਗੁਰੂ ਕੀ ਸੇਵਾ ਕਰੇ ਇਹ ਦੇਗ ਬਣਾਉਂਦਾ, ਦੇਗ ਤੋਂ ਭਾਵਨ ਦਾ ਗੁਰਮੁਖੋ ਲੰਗਰ ਪ੍ਰਸ਼ਾਦਾ, ਦਾਲਾਂ ਬਣਾਉਣੀਆਂ, ਪ੍ਰਸ਼ਾਦੇ ਬਣਾਉਣੇ, ਖੀਰਾਂ ਬਣਾ ਦੇਣੀਆਂ, ਹੋਰ ਜੋ ਲੰਗਰਾਂ ਵਿੱਚ ਬਣਦਾ ਨਾ, ਵੀ ਇਹ ਸਾਰਾ ਕੁਝ ਬਣਾਉਂਦਾ ਹੈ ਅਤੇ ਬਣਾ ਕੇ ਫਿਰ ਅੱਗੇ ਸੰਗਤ ਵਿੱਚ ਵਰਤਾਇਆ ਜਾਂਦਾ, ਇਹ ਇਹਨੂੰ ਸੇਵਾ ਮਿਲੀ ਗੁਰੂ ਘਰ ਵੱਲੋਂ ਵੀ ਇਹ ਕੰਮ ਤੂੰ ਕਰਨਾ ਹੈ। ਸਿੱਖਣ ਪਰਲੇ ਚਹੀਆਂ ਪਰ ਮਹਾਰਾਜ ਕਹਿੰਦੇ ਵੀ ਇਹ ਗੁਸੈਲਾ ਬੜਾ ਸੀਗਾ, ਜਦੋਂ ਇਹਨੇ ਪ੍ਰਸ਼ਾਦਾ ਬਣਾਉਣਾ ਨਾ ਅਤੇ ਜੇ ਕਿਸੇ ਨੇ ਮੰਗ ਲੈਣਾ ਤਾਂ ਇਹਨੇ ਅੱਗੋਂ ਐਂ ਕਚੀਚੀ ਵੱਟ ਕੇ ਪੈ ਜਾਣਾ, ਤੂੰ ਰੋਟੀਆਂ ਖਾਣ ਆ ਜਾਣਾ ਇੱਥੇ ਹਰ ਰੋਜ਼ ਭੱਜਿਆ ਇੱਥੋਂ ਇਹ ਲੰਗਰ ਵਿੱਚ। ਜੇ ਕਿਸੇ ਨੇ ਆਖਣਾ ਵੀ ਦੁਬਾਰਾ ਦਾਲ ਪਾ ਦਿਓ ਤਾਂ ਉਹਨੂੰ ਇਹਨੇ ਪੈ ਜਾਣਾ ਅੱਗੋਂ ਵੀ ਤੂੰ ਦਾਲ ਖਾਣ ਆਇਆ ਇੱਥੇ, ਜਿੰਨੀ ਮਿਲ ਗਈ ਹੈ ਖਾ ਲਾ। ਜੇ ਕਿਸੇ ਨੇ ਕਹਿਣਾ ਵੀ ਮੈਨੂੰ ਆਹ ਚੀਜ਼ ਚਾਹੀਦੀ ਹੈ, ਭਾਵੇਂ ਸਾਹਮਣੇ ਪਈ ਹੋਵੇ, ਨਹੀਂ ਭਾਜਾ ਲੰਗਰ ਵਿੱਚੋਂ ਬਾਹਰ ਤੈਨੂੰ ਨਹੀਂ ਮਿਲਣੀ ਹੈ। ਇਸ ਤਰ੍ਹਾਂ ਵੀ ਇਹ ਸਿੱਖਾਂ ਨੂੰ ਕੁਚੀਚੀਆਂ ਲੈ ਪੈਂਦਾ ਜਦੋਂ ਕਿਸੇ ਸੰਗਤ ਵਿੱਚ ਆਉਣਾ, ਅਤੇ ਉਸ ਵੇਲੇ ਗੁੱਸਾ ਅੱਜ ਵੀ ਸੁਭਾਅ ਬਣਿਆ ਨਾ, ਕਈ ਵਾਰੀ ਆਪ ਲੰਗਰ 'ਚ ਕਿਤੇ ਜਾਓ, ਕਈਆਂ ਦਾ ਸੁਭਾਅ ਹੁੰਦਾ ਉੱਥੇ ਉਹ ਨੰਬਰਦਾਰ ਬਣੇ ਹੁੰਦੇ, ਲੰਗਰ ਗੁਰੂ ਦਾ ਛਕਣਾ ਸੰਗਤ ਨੇ, ਅਤੇ ਉਹ ਛਕਾਉਣ ਵਾਲਾ ਹੀ ਆਪਣੇ ਆਪ ਨੂੰ ਨੰਬਰਦਾਰ ਸਮਝਦਾ ਵੀ ਮੈਂ ਹੀ ਮਾਲਕ ਹਾਂ, ਮੈਂ ਹੀ ਰੋਜ਼ੀ ਰੋਟੀ ਦਿੰਦਾ ਪਿਆ, ਮੈਂ ਨਾ ਹੋਵਾਂ ਤਾਂ ਦੁਨੀਆ ਹੀ ਭੁੱਖੀ ਮਰ ਜਾਵੇ। ਅਤੇ ਉਹ ਫਿਰ ਦੁਨੀਆ ਕੋਲੋਂ ਕੀ ਕਰਦਾ, ਉਹ ਬਦਦੁਆਵਾਂ ਲੈਂਦਾ, ਲੋਕ ਫਿਰ ਬਦਦੁਆਵਾਂ ਦੇ ਕੇ ਗਾਲਾਂ ਦੇ ਕੇ ਜਾਂਦੇ। ਇਹ ਤਾਂ ਕਾਂ ਦੀ ਜੂਨੀ ਵਿੱਚ ਪੈ ਗਿਆ ਹੈ ਅਤੇ ਇਹਨੂੰ ਤਾਂ ਮਹਾਰਾਜ ਨੇ ਛੜਾ ਦਿੱਤਾ, ਅਤੇ ਜਿਹੜੇ ਹੁਣ ਪੈ ਗਏ ਉਹਨਾਂ ਨੂੰ ਕਿੰਨੇ ਛਡਾਉਣਾ ਹੈ, ਉਹ ਕਾਂ ਹੀ ਬਣੇ ਰਹਿਣਗੇ ਨਾ, ਕਾਂ ਹੀ ਕਰਦੇ ਰਹਿਣਗੇ। ਮਹਾਰਾਜ ਕਹਿੰਦੇ ਬਚਨ ਇਹ ਹੈ ਵੀ ਇਹ ਸਾਡਾ ਲਾਂਗਰੀ ਪ੍ਰਸ਼ਾਦਾ ਬਣਾਉਂਦਾ, ਜਦੋਂ ਕੋਈ ਸਿੱਖ ਮੰਗ ਲੈਂਦਾ ਇਹ ਅੱਗੋਂ ਕਾਂ ਕਾਂ ਕਰਕੇ ਪੈ ਜਾਂਦਾ, ਅਨੁਗੋਂ ਐਂ ਕਚੀਚੀਆਂ ਲੈ ਕੇ, ਬੜਾ ਗੁਸੈਲਾ ਗੁੱਸੇ ਨਾਲ ਇਸ ਤਰ੍ਹਾਂ ਕੰਮ ਕਰਦਾ ਹੈ। ਰੋਟੀ ਦਿੰਦਾ ਜ਼ਰੂਰ ਹੈ ਪਰ ਅਗਲੇ ਦੀ ਐਂ ਚੰਗੀ ਤਰ੍ਹਾਂ ਪਹਿਲਾਂ ਲਾਹ ਪਾ ਕਰ ਦੇਣੀ ਅਤੇ ਫਿਰ ਆਖਣਾ ਵੀ ਲੈ ਜਾ ਰੋਟੀ, ਫਿਰ ਉਹਦਾ ਕੀ ਹੈ, ਦੁੱਧ ਵੀ ਦਿੱਤਾ ਅਤੇ ਮੀਂਗਣਾ ਪਾ ਕੇ ਉਹਦਾ ਕੀ ਫਾਇਦਾ ਹੋਇਆ। ਰੋਟੀ ਦਿੰਦਾ ਵੀ ਸੀਗਾ ਪਰ ਅਗਲੇ ਦੀ ਚੰਗੀ ਤਰ੍ਹਾਂ ਸਵਾਰ ਕੇ ਭੁਗਤ ਵੀ, ਇਹ ਦੁਬਾਰਾ ਨਾ ਲੰਗਰ ਵੱਲ ਕਿਤੇ ਮੂੰਹ ਕਰੇ। ਗੁਰਮੁਖੋ ਵੈਸੇ ਲੰਗਰ ਹੈ ਗਰੀਬ ਬੰਦੇ ਵਾਸਤੇ, ਮਹਾਰਾਜ ਨੇ ਸਾਧੂਆਂ ਨੂੰ ਜਿਨ੍ਹਾਂ ਕੋਲ ਪੈਸਾ ਨਹੀਂ ਸੀ ਨਾ ਉਹਨਾਂ ਵਾਸਤੇ ਲੰਗਰ ਮਹਾਰਾਜ ਨੇ ਆਖਿਆ ਸੀ, ਵੀਹਾਂ ਦਾ ਲੰਗਰ ਲਾਓ ਭਾਈ, ਇਹਨਾਂ ਕੋਲ ਪੈਸਾ ਨਹੀਂ ਹੈ, ਸਾਧੂ ਨੇ। ਅੱਜ ਉਹ ਜਿਹੜਾ ਲੰਗਰ ਹੈ ਉਹ ਅਮੀਰ ਬੰਦਿਆਂ ਦਾ ਬਣ ਗਿਆ, ਵੀ ਲੰਗਰ ਵਿੱਚ ਕੁਰਸੀ ਵੀ ਲੱਗਦੀ ਹੈ ਅਤੇ ਲੰਗਰ ਵਿੱਚ ਉਹ ਪਕਵਾਨ ਬਣਦੇ, ਇੱਥੋਂ ਤੱਕ ਪੀਜੇ ਤੱਕ ਵੀ ਵਰਤਦੇ ਪਏ ਲੰਗਰਾਂ, ਅਮੀਰ ਲੋਕਾਂ ਦਾ ਬਣ ਗਿਆ ਲੰਗਰ। ਕਾਹਦਾ ਰਹਿ ਗਿਆ, ਸਵਾਦ ਬਣ ਗਿਆ ਜ਼ਬਾਨ ਦਾ, ਅਤੇ ਜਾਂ ਫਿਰ ਜਿਹੜੇ ਅਮੀਰ ਲੋਕ ਨੇ ਉਹਨਾਂ ਨੂੰ ਘੇਰ ਕੇ ਛਕਾਇਆ ਜਾਂਦਾ ਵੀ ਆ ਤੂੰ ਜ਼ਰੂਰ ਛਾ ਕਿਉਂਕਿ ਤੂੰ ਦਾਨ ਦੇ ਕੇ ਜਾਣਾ, ਅਤੇ ਗਰੀਬ ਨੂੰ ਕਹਿਣਾ ਵੀ ਤੂੰ ਕੱਲ੍ਹ ਛਕਿਆ ਅਤੇ ਹੁਣ ਤੂੰ ਨਹੀਂ ਇੱਥੇ ਆਉਣਾ ਹੈ, ਇਹ ਸੁਭਾਅ ਬਣ ਗਿਆ। ਅੱਜ ਇਹ ਸਾਰੇ ਥਾਵਾਂ 'ਤੇ ਹੈ, ਕਿਤੇ ਵੀ ਚੱਲ ਜਾਓ, ਭਾਵੇਂ ਇਤਿਹਾਸਕ ਗੁਰੂ ਘਰ ਵੀ ਚੱਲ ਜਾਓ, ਉੱਥੇ ਵੀ ਇਹ ਕੁਝ ਹੀ ਹੈ, ਅਤੇ ਭਾਵੇਂ ਕਿਸੇ ਵੱਡੇ ਸ਼ਹਿਰ ਦੇ ਵਿੱਚ ਚੱਲ ਜਾਓ,
ਅੰਨ ਭੰਡਾਰ ਜਿੰਨਾ ਮਰਜ਼ੀ ਹੋਵੇ, ਉੱਥੋਂ ਭਾਵੇਂ ਚੂਹੇ ਖਾ ਖਾ ਬੋਟੇ ਹੋ ਜਾਣ, ਪਰ ਕਿਸੇ ਨੂੰ ਬੁਰਕੀ ਨਹੀਂ ਨਸੀਬ ਹੋਵੇਗੀ। ਕੋਈ ਜਿਹੜਾ ਨੰਬਰਦਾਰ ਉੱਥੇ ਬਣਿਆ ਉਹ ਨਹੀਂ ਕਿਸੇ ਨੂੰ ਨੇੜੇ ਆਉਣ ਦੇਵੇਗਾ, ਸੁਭਾਅ ਬਣ ਜਾਂਦਾ ਹੈ। ਰੋ ਵਿਚਾਰ ਇਹ ਹੈ ਵੀ ਜੇ ਗੁਰੂ ਦਾ ਲੰਗਰ ਹੈ, ਜਿਹਨੇ ਛਕਣਾ ਛਕੇ, ਜਿਹੜਾ ਕਰਮ ਕਰੇਗਾ ਉਹ ਭਰੇਗਾ, ਜਿਹੜਾ ਕੋਈ ਰੋਜ਼ ਖਾਂਦਾ ਹੈ ਉਹਦਾ ਆਪਣਾ ਦੇਣਦਾਰ ਹੈ, ਉਹ ਆਪੇ ਦੇਵੇਗਾ ਆਪਣਾ ਲੇਖਾ। ਤੇਰਾ ਕੰਮ ਤਾਂ ਸੇਵਾ ਕਰਨਾ ਹੈ, ਪਰ ਤੂੰ ਜੇ ਅਗਲੇ ਦਾ ਲੇਖਾ ਜੋਖਾ ਹੀ ਕੱਢ ਕੇ ਬਹਿ ਜਾਵੇਂ ਵੀ ਰੋਜ਼ ਖਾਂਦਾ, ਤੂੰ ਰੋਜ਼ ਇਹ ਕੰਮ ਕਰਦਾ, ਉਹਦਾ ਆਪਣਾ ਕਰਮ ਹੈ, ਉਹ ਆਪ ਕਰੇਗਾ। ਮਹਾਰਾਜ ਕਹਿੰਦੇ ਵੀ ਇਹ ਪੈਂਦਾ ਸੀ ਅੱਗੋਂ ਝਈਆਂ ਲੈ ਕੇ, ਕਚੀਚੀਆਂ ਵੱਟ ਵੱਟ ਕੇ ਹਰੇਕ ਨੂੰ ਪੈ ਜਾਣ, ਰੋਟੀ ਵੀ ਦੇਣੀ ਔਰ ਲਾਹ ਪਾ ਵੀ ਅਗਲੇ ਦੀ ਨਾਲ ਹੀ ਕਰਨੀ, ਇਸ ਤਰ੍ਹਾਂ ਇਹਦਾ ਸੁਭਾਅ ਬਣਿਆ ਹੋਇਆ ਹੈ। ਜਦੋਂ ਕੋਈ ਆ ਜਾਵੇ ਨਾ ਲੰਗਰ ਵਿੱਚ, ਇਹ ਕਦੇ ਨਹੀਂ ਸੀ ਵੇਖ ਕੇ ਖੁਸ਼ ਹੋਇਆ, ਮੱਥੇ 'ਤੇ ਵਾਟੀ ਪੈ ਜਾਣਾ ਵੀ ਇਹ ਕਿੱਧਰੋਂ ਆ ਗਿਆ, ਇਹਦੇ ਵਾਸਤੇ ਰੋਟੀ ਬਣਾਉਣੀ ਪਵੇਗੀ, ਇਹਨੂੰ ਖਵਾਉਣੀ ਪਵੇਗੀ, ਸੁਭਾਅ ਬਣ ਗਿਆ ਨਾ ਉਹਦਾ ਵੀ ਲੰਗਰ ਵਿੱਚ ਕਦੇ ਨਹੀਂ ਸੀ ਵੇਖ ਕੇ ਖੁਸ਼ ਹੋਇਆ, ਹਰ ਵੇਲੇ ਮੱਥੇ 'ਤੇ ਵਾਟੀ ਰੱਖਣਾ, ਐਸਾ ਇਹਦਾ ਸੁਭਾਅ ਹੈ। ਇੱਕ ਸਿੱਖ ਲਰਿਓ ਬਾਗ ਤਿੰਨ ਕਰਿਓ, ਇੱਕ ਸਿੱਖ ਸਾਡਾ ਮਹਾਰਾਜ ਕਹਿੰਦੇ ਆ ਗਿਆ। ਹੁਣ ਸਿੱਖਾਂ ਵਿੱਚ ਵੀ ਬੜੇ ਬੜੇ ਬੰਦਗੀ ਵਾਲੇ ਸਿੱਖ ਨਾ, ਬਾਣੀ ਪੜ੍ਹਨ ਵਾਲੇ, ਇੱਕ ਸਿੱਖ ਆ ਗਿਆ, ਉਹ ਪਾਠ ਕਰਦਾ ਪਿਆ ਸੀ ਆਪਣਾ, ਅਤੇ ਉਹਨੇ ਆਖਿਆ ਵੀ ਚਲੋ ਭੁੱਖ ਲੱਗੀ ਆ, ਲੰਗਰ ਵਿੱਚੋਂ ਪ੍ਰਸ਼ਾਦਾ ਛਕੀਏ। ਸਾਡਾ ਇੱਕ ਸਿੱਖ ਪ੍ਰੇਮੀ ਲੰਗਰ ਵਿੱਚ ਉਸ ਵੇਲੇ ਪਹੁੰਚਿਆ ਹੈ। ਕਰਲ ਕਰਲ ਕਰਤਾ ਨਿਤ ਰਹਿਓ, ਅਤੇ ਉਹ ਜਦੋਂ ਸਿੱਖ ਪਹੁੰਚਿਆ ਨਾ, ਇਹ ਅੱਗੋਂ ਕਰਲ ਕਰਲ ਕਰਕੇ ਪੈ ਹੀ ਨਿਕਲਿਆ, ਇਹਨੇ ਨਹੀਂ ਵੇਖਿਆ ਵੀ ਇਹ ਸਿੱਖ ਹੈ, ਬਾਣੀ ਪੜ੍ਹਨ ਵਾਲਾ ਹੈ, ਗੁਰੂ ਦਾ ਪ੍ਰੇਮੀ ਹੈ, ਜਿਹੜਾ ਲੰਗਰ ਵਿੱਚ ਆ ਹੀ ਗਿਆ ਲੋੜਵੰਦ, ਛਕਾਦੇ ਪ੍ਰਸ਼ਾਦਾ, ਇਹ ਅੱਗੋਂ ਕਾਂ ਕਾਂ ਕਰਕੇ ਕਚੀਚੀ ਲੈ ਕੇ ਇਹਨੇ ਇੱਕ ਦੀਆਂ 50 ਗੱਲਾਂ ਸੁਣਾਈਆਂ ਉਹਨੂੰ, ਬੋਲੀ ਗਿਆ ਉਹਦੇ ਵਾਸਤੇ, ਇਸ ਤਰ੍ਹਾਂ ਉਹਨੇ ਬਚਨ ਸੁਣਿਆ ਹੈ। ਕਾਂ ਬਾਇਸ ਕੀ ਸਮ ਬੋਲ, ਜਿਵੇਂ ਕਾਂ ਦਾ ਸੁਭਾਅ ਹੁੰਦਾ ਨਾ, ਕਾਂ ਇੱਕ ਵਾਰੀ ਬੋਲਣ ਲੱਗ ਪਏ ਮੁੜ ਕੇ ਬੋਲੀ ਜਾਂਦਾ, ਸਿਰ ਖਾਈ ਜਾਂਦਾ। ਕਹਿੰਦੇ ਵੀ ਇਸ ਤਰੀਕੇ ਦੇ ਨਾਲ ਕਾਂ ਦੇ ਵਾਂਗ ਜੂਹੇ ਲੱਗਿਆ ਬੋਲਣ, ਚੁੱਪ ਹੀ ਨਹੀਂ ਕੀਤਾ, ਇਸ ਤਰ੍ਹਾਂ ਬੋਲਦਾ ਹੈ। ਦੇਗ ਵਿਖੇ ਬਹੁ ਪਾਵਤ ਰੋਲ, ਲੰਗਰ ਦੇ ਵਿੱਚ ਚਾਹੀਦਾ ਤਾਂ ਹੈ ਨਾਮ ਜਪਣਾ, ਬਾਣੀ ਪੜ੍ਹਨੀ, ਛਕਣ ਵਾਲਾ ਵੀ ਬਾਣੀ ਪੜ੍ਹੇ, ਛਕਾਉਣ ਵਾਲਾ ਵੀ ਨਾਮ ਜਪੇ, ਤਾਂ ਹੀ ਆਪਾਂ ਆਖਦੇ ਨਾ ਵਾਹਿਗੁਰੂ ਜੀ ਪ੍ਰਸ਼ਾਦਾ, ਵਾਹਿਗੁਰੂ ਜੀ ਪ੍ਰਸ਼ਾਦਾ। ਪਰ ਕਹਿੰਦੇ ਵੀ ਇਹ ਲੰਗਰ ਵਿੱਚ ਵੀ ਇਹਦਾ ਸੁਭਾਅ ਸੀ ਵੀ ਹੱਥ ਵਿੱਚ ਖੁਰਪਾ ਫੜ ਕੇ ਲੋਕਾਂ ਦੇ ਮਗਰ ਲੱਗ ਜਾਂਦਾ, ਅਤੇ ਕਾਂ ਕਾਂ ਹਰ ਵੇਲੇ ਬੋਲੀ ਜਾਣਾ ਐਸਾ ਸੁਭਾਅ ਬਣ ਗਿਆ ਹੈ। ਸਿੱਖ ਤੇ ਪਿਓ ਸਰਾਪ, ਉਹ ਜਿਹੜਾ ਸਿੱਖ ਬਾਣੀ ਪੜ੍ਹਦਾ ਸੀ ਉਹਨੇ ਵੇਖਿਆ ਵੀ ਇਹਨੂੰ ਆਪ ਨੂੰ ਹੀ ਸ਼ਾਂਤੀ ਕੋਈ ਨਹੀਂ ਲੰਗਰ ਬਣਾਉਣ ਵਾਲੇ ਨੂੰ, ਇਹ ਤਾਂ ਆਪ ਹੀ ਐਡਾ ਗੁਸੈਲਾ, ਕ੍ਰੋਧ ਦਾ ਭਰਿਆ ਹੋਇਆ ਅਤੇ ਈਰਖਾ ਦਾ, ਅਤੇ ਮੈਨੂੰ ਐਵੇਂ ਬੋਲਿਆ ਹੈ, ਉਹ ਸਿੱਖ ਦੇ ਮੂੰਹੋਂ ਬਚਨ ਹੀ ਨਿਕਲ ਗਿਆ, ਲੰਗਰ ਛਕਦਿਆਂ ਉਹ ਸਿੱਖ ਨੇ ਕਹਿ ਦਿੱਤਾ ਹੈ। ਕੇਤਕ ਦਿਨ ਮੈਂ ਮ੍ਰਿਤ ਭਾਤ ਵੈ, ਸਿੱਖ ਨੇ ਆਖਿਆ, ਕਹਿਣ ਲੱਗਾ ਵੀ ਕਾਂ ਵਾਂਗ ਹੀ ਰੌਲਾ ਪਾਉਂਦਾ, ਲੱਗਦਾ ਕਾਂ ਹੀ ਸੀਗਾ ਤੂੰ ਪਹਿਲਾਂ, ਜਾਂ ਕਾਂ ਹੀ ਬਣੇਗਾ, ਸੁਭਾਵਿਕ ਬਚਨ ਨਿਕਲਿਆ ਨਾ ਵੀ ਕਾਂ ਹੀ ਬਣੇਗਾ, ਅਤੇ ਕਹਿਣ ਲੱਗੇ ਵੀ ਉਹ ਸਿੱਖ ਦਾ ਬਚਨ ਐਸਾ ਪੂਰਾ ਹੋਇਆ ਵੀ ਥੋੜ੍ਹੇ ਦਿਨਾਂ ਬਾਅਦ ਲਾਂਗਰੀ ਉਹਨੀ ਚੜ੍ਹਾਈ ਕਰ ਗਏ, ਆਪਣਾ ਸਰੀਰ ਛੱਡ ਗਏ। ਜਦੋਂ ਸਰੀਰ ਛੱਡਿਆ ਫਿਰ ਉਸ ਵੇਲੇ ਕਾਕ ਜੋਨ ਮੈਂ ਜਨਮਿਓ ਆਏ, ਅਤੇ ਸਿੱਖ ਦਾ ਬਚਨ ਪੂਰਾ ਹੋਇਆ, ਕਾਂ ਦੀ ਜੂਨੀ ਇਸ ਨੂੰ ਮਿਲ ਗਈ ਅਤੇ ਇਹ ਹੁਣ ਜਨਮ ਲੈ ਕੇ ਆਇਆ, ਇਹਦਾ ਅਸੀਂ ਐਵੇਂ ਨਹੀਂ ਉਹਨੂੰ ਮਰਵਾਇਆ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਮੇਂ ਵੀ ਇੱਕ ਪ੍ਰਸੰਗ ਆਉਂਦਾ ਵੀ ਮਹਾਰਾਜ ਕਿਤੇ ਬੈਠੇ ਸਨ ਦੀਵਾਨ ਲਾ ਕੇ, ਅਤੇ ਇੱਕ ਸਿੱਖ ਨਾ ਗੁੜ ਦਾ ਗੱਡਾ ਲੈ ਕੇ ਤੁਰਿਆ ਜਾਂਦਾ, ਗੱਡੇ ਵਿੱਚ ਗੁੜ ਲੱਦਿਆ ਹੋਇਆ। ਜਦੋਂ ਸਿੱਖ ਨੂੰ ਪਤਾ ਲੱਗਾ ਨਾ ਵੀ ਮਹਾਰਾਜ ਬੈਠੇ ਨੇ, ਉਹਨੇ 2-4 ਭੇਲੀਆਂ ਗੁੜ ਦੀਆਂ ਕੱਢੀਆਂ ਗੱਡੇ ਵਿੱਚੋਂ, ਅਤੇ ਛੇਤੀ ਨਾਲ ਆਇਆ, ਗੱਡੇ ਨੂੰ ਜਾਣ ਦਿੱਤਾ। ਜਿਹੜੇ ਬਲਦ ਲੱਗੇ ਹੁੰਦੇ ਨੇ ਇਹ ਗੱਡਿਆਂ ਦੇ ਉੱਪਰ, ਉਹਨਾਂ ਨੂੰ ਰਾਹਾਂ ਦਾ ਪਤਾ, ਉਹ ਆਪਣੇ ਆਪ ਹੀ ਤੁਰੇ ਜਾਂਦੇ, ਮਾਲਕ ਦੀ ਲੋੜ ਨਹੀਂ ਪੈਂਦੀ ਹੈ। ਉਹਨੇ ਵੇਖਿਆ ਵੀ ਚਲੋ ਕੋਈ ਨਹੀਂ, ਬਲਦ 'ਤੇ ਹੌਲੀ ਹੌਲੀ ਜਾਂਦੇ ਪਏ, ਮੈਂ ਆ 2 ਪੇਸੀਆਂ ਗੁਰੂ ਪਾਤਸ਼ਾਹ ਨੂੰ ਮੱਥਾ ਟੇਕਦਾ, ਦਰਸ਼ਨ ਕਰ ਲਵਾਂ। ਉਹਨੇ ਲਿਆ ਕੇ ਗੁੜ ਦੀਆਂ 2 ਭੇਲੀਆਂ ਅੱਗੇ ਰੱਖੀਆਂ, ਮੱਥਾ ਟੇਕਿਆ, ਅਤੇ ਉਹ ਸਿੱਖ ਪ੍ਰਸ਼ਾਦ ਵਰਤਾਉਂਦਾ ਪਿਆ ਸੀ ਉਸ ਵੇਲੇ।
ਤੋ ਛੇਤੀ ਨਾਲ ਪ੍ਰਸ਼ਾਦ ਵਾਲੇ ਕੋਲ ਹੀ ਜਾ ਕੇ ਜਿੱਥੇ ਵਰਤਾਉਂਦਾ ਪਿਆ ਉੱਥੇ ਜਾ ਕੇ ਉਹ ਬਹਿ ਗਿਆ ਵੀ ਇੱਥੋਂ ਮੈਨੂੰ ਛੇਤੀ ਮਿਲੇਗਾ ਅਤੇ ਮੈਂ ਆਪਣੇ ਗੱਡੇ ਕੋਲ ਪਹੁੰਚਾਂਗਾ। ਉਹ ਜਿਹੜਾ ਵਰਤਾਉਣ ਵਾਲਾ ਉਹ ਪਹਿਲੇ ਅੱਗੋਂ ਗੁੱਸੇ ਦੇ ਨਾਲ ਭਰਿਆ, ਉਹਨੇ ਪ੍ਰਸ਼ਾਦ ਦਿੱਤਾ ਹੀ ਨਹੀਂ, ਉਹ ਸਿੱਖ ਪਰਾਂ ਨੂੰ ਹੋ ਗਿਆ ਮੂੰਹ ਜਾ ਕਰਕੇ ਹੋਰ ਪਾਸੇ ਵਰਤਾਉਣ ਲੱਗ ਪਿਆ। ਉਹ ਸਿੱਖ ਉੱਠ ਕੇ ਫਿਰ ਉਸ ਪਾਸੇ ਹੋਇਆ ਵੀ ਚੱਲ ਇਹਦਾ ਧਿਆਨ ਨਹੀਂ ਪਿਆ, ਮੈਂ ਅੱਗੇ ਹੋ ਜਾਵਾਂ ਇੱਧਰ ਮੈਨੂੰ ਦੇਵੇਗਾ। ਜਦੋਂ ਉੱਧਰਲੇ ਬੰਨੇ ਹੋਇਆ ਉਹਨੇ ਆਖਿਆ ਵੀ ਸਿੱਖਾ ਮੈਨੂੰ ਪ੍ਰਸ਼ਾਦ ਦੇ ਵੀ ਮੇਰਾ ਗੱਡਾ ਅੱਗੇ ਚਲੇ ਗਿਆ ਅਤੇ ਮੈਂ ਜਾ ਕੇ ਮਿਲਣਾ ਹੈ। ਅਤੇ ਉਸ ਵੇਲੇ ਉਹਦੇ ਮੂੰਹੋਂ ਬਚਨ ਨਿਕਲ ਗਿਆ, ਉਹ ਜਿਹੜਾ ਪ੍ਰਸ਼ਾਦ ਵਰਤਾਉਣ ਵਾਲਾ ਕਹਿੰਦਾ ਕੀ ਐਵੇਂ ਰਿਛ ਦੇ ਵਾਂਗ ਟਪੂਸੀਆਂ ਮਾਰਦਾ ਪਿਆ ਹੈ। ਹੁਣ ਪ੍ਰਸ਼ਾਦ ਵਰਤਾਉਣ ਵਾਲੇ ਨੇ ਇਹ ਬਚਨ ਆਖਿਆ ਸੰਗਤ ਵਿੱਚ, ਜਿਹੜਾ ਉਹ ਜਿਹਨੂੰ ਕਿਹਾ ਨਾ ਉਹਨੇ ਫਿਰ ਥੱਲੇ ਕਿਣਕਾ ਡਿੱਗ ਗਿਆ ਸੀ ਪ੍ਰਸ਼ਾਦ ਦਾ ਵਰਤਾਉਂਦਿਆਂ ਵਰਤਾਉਂਦਿਆਂ ਉਹਨੇ ਉਹ ਕਿਣਕਾ ਹੀ ਚੁੱਕ ਕੇ ਥੱਲਿਓਂ ਹੀ ਮੂੰਹ 'ਚ ਪਾ ਲਿਆ ਜਿਹੜਾ ਡਿੱਗਿਆ ਹੋਇਆ। ਅਤੇ ਨਾਲ ਹੀ ਉਹਨੇ ਆਖਿਆ ਕਹਿਣ ਲੱਗਾ ਰਿੱਛ ਮੈਂ ਨਹੀਂ, ਰਿੱਛ ਤਾਂ ਤੂੰ ਹੀ ਬਣੇਗਾ ਜਿਹੜਾ ਗੁਰੂ ਘਰ ਆ ਕੇ ਇਹੋ ਜਿਹੀ ਗੱਲ ਕਰਦਾ ਹੈ। ਅਤੇ ਫਿਰ ਉਹ ਰਿੱਛ ਦੇ ਜਨਮ ਦੇ ਵਿੱਚ ਪੈ ਗਿਆ। ਦਸਵੇਂ ਪਾਤਸ਼ਾਹ ਦੇ ਸਾਹਮਣੇ ਲਿਆ ਕੇ ਫਿਰ ਮਦਾਰੀ ਨੂੰ ਰਿੱਛ ਨਚਾਇਆ ਅਤੇ ਮਹਾਰਾਜ ਵੇਖਦੇ ਪਏ ਅਤੇ ਇੱਕ ਸਿੱਖ ਚੌਰ ਕਰਦਾ ਸੀ ਮਹਾਰਾਜ ਦੇ ਸੀਸ ਦੇ ਉੱਪਰ, ਉਹ ਰਿੱਛ ਨੂੰ ਨੱਚਦਿਆਂ ਵੇਖ ਕੇ ਬੜਾ ਹੱਸਿਆ। ਮਹਾਰਾਜ ਕਹਿੰਦੇ ਹੱਸਦਾ ਕਿਉਂ ਹੈ, ਇਹ ਤੇਰਾ ਹੀ ਬਾਪ ਹੈ, ਤੇਰਾ ਪਿਓ ਹੈ, ਤੂੰ ਵੇਖ ਕੇ ਹੱਸਦਾ ਪਿਆ। ਅਤੇ ਫਿਰ ਉਹਨੇ ਤਾਨਾ ਮਾਰਿਆ ਮਹਾਰਾਜ, ਕਹਿੰਦਾ ਅੱਛਾ ਮਹਾਰਾਜ ਤੁਹਾਡੀ ਸੇਵਾ ਕਰਕੇ ਰਿੱਛ ਬਣੀ ਦਾ। ਬੜਾ ਉਹਨੇ ਕਟਾਸ਼ ਵਾਲਾ ਬਚਨ ਕੀਤਾ ਵੀ ਸੇਵਾ ਤਾਂ ਮੇਰਾ ਪਿਤਾ ਤੁਹਾਡੀ ਕਰਦਾ, ਤੁਸੀਂ ਆਖਦੇ ਵੀ ਰਿੱਛ ਵੀ ਤੁਹਾਡੀ ਸੇਵਾ ਕਰਕੇ ਰਿੱਛ ਬਣ ਜਾਈਦਾ। ਮਹਾਰਾਜ ਕਹਿੰਦੇ ਨਹੀਂ, ਸੇਵਾ ਕਰਕੇ ਨਹੀਂ, ਇਹ ਕਰਮ ਕਰਕੇ ਬਣਿਆ, ਇਹਦੀ ਆਹ ਕਰਤੂਤ ਹੈ। ਫਿਰ ਮਹਾਰਾਜ ਨੇ ਆਖਿਆ, ਮਹਾਰਾਜ ਨੂੰ ਕਹਿੰਦਾ ਪਾਤਸ਼ਾਹ ਫਿਰ ਇਹਦੀ ਮੁਕਤੀ ਕਰੋ। ਹੁਣ ਮਹਾਰਾਜ ਕਹਿੰਦੇ ਭਾਈ ਮੁੱਲ ਖਰੀਦੋ ਇਹਦੇ ਕੋਲੋਂ ਰਿੱਛ, ਮਦਾਰੀ ਨੂੰ ਪੈਸੇ ਦਿਓ। ਮਦਾਰੀ ਨੇ ਪਹਿਲਾਂ ਮੁੱਲ ਮੰਗਿਆ, ਮੈਂ ਤਾਂ 20 ਰੁਪਈਏ ਲਵਾਂਗਾ। ਮਹਾਰਾਜ ਕਹਿੰਦੇ ਦੇ ਦਿਓ। ਮਦਾਰੀ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਲੈਣਾ, ਕਹਿੰਦਾ ਨਹੀਂ ਮੇਰਾ ਤਾਂ 50 ਰੁਪਈਏ ਰੇਟ ਹੋ ਗਿਆ। ਮਹਾਰਾਜ ਕਹਿੰਦੇ ਚਲੋ ਇਹਨੂੰ 50 ਹੀ ਦਿਓ ਭਾਈ, 50 ਮੰਗਦਾ। ਜਦੋਂ 50 ਲੈ ਕਹਿੰਦਾ ਨਾ ਇਹ ਤਾਂ 100 ਦਾ ਹੋ ਗਿਆ। ਹੁਣ ਮਹਾਰਾਜ ਕਹਿੰਦੇ ਵੀ ਮਦਾਰੀ ਦੀ ਪਹਿਲਾਂ ਚੰਗੀ ਤਰ੍ਹਾਂ ਛਿੱਤਰ ਪਰੇਡ ਕਰੋ ਇੱਥੇ ਫੜ ਕੇ, ਅਤੇ ਜਿਹੜੇ ਇਹਨੇ ਪਹਿਲਾਂ 20 ਮੰਗੇ ਨੇ ਉਹੀ ਦਿਓ, ਬਾਕੀ 80 ਰੱਖੋ ਵਾਪਸ, ਅਤੇ ਇਹਨੂੰ ਕਹੋ ਵੀ ਜੋ ਕਰਨਾ ਤੂੰ ਕਰ ਲਾ। ਫਿਰ ਮਹਾਰਾਜ ਜੀ ਨੇ ਪ੍ਰਸ਼ਾਦ ਆਪਣਾ ਜਿਹੜਾ ਛਕਿਆ ਸੀ ਨਾ ਉਹਦੇ ਵਿੱਚੋਂ ਥੋੜ੍ਹਾ ਜਿਹਾ ਰਿੱਛ ਦੇ ਮੂੰਹ ਵਿੱਚ ਪਾਇਆ ਅਤੇ ਉਹ ਫਿਰ ਮਰ ਗਿਆ, ਜਨਮ ਤੋਂ ਛੁਟਕਾਰਾ ਹੋ ਗਿਆ। ਸਤਿਗੁਰੂ ਪਾਤਸ਼ਾਹ ਐਸੇ ਨੇ ਜਿਹੜੇ ਜਨਮਾਂ 'ਚੋਂ ਕੱਢ ਲੈਂਦੇ ਨੇ, ਭੂਲੇ ਮਾਰਗ ਐਸਾ ਗੁਰ ਐਸੀ ਸਮਰੱਥਾ ਹੈ। ਤਾਂ ਬੇਨਤੀ ਕਰੀਦੀ ਹੈ ਵੀ ਗੁਰੂ ਦੇ ਕੋਲ ਰੋਜ਼, ਜਿਹੜੀ ਆਪਾਂ ਨੌਕਰੀ ਕਰਦੇ ਹਾਂ ਨਾ, ਕੰਮ ਕਰਦੇ ਹਾਂ, ਇਹ ਤਾਂ ਸਾਡਾ ਇਸ ਜੀਵਨ ਦਾ ਨਿਰਵਾਹ ਹੈ, ਪ੍ਰਸ਼ਾਦਾ ਪਾਣੀ ਹੈ। ਪਰ ਜਿਹੜਾ ਅਸੀਂ ਸੰਗਤ ਵਿੱਚ ਬੈਠੇ ਹਾਂ ਨਾ ਆ ਕੇ, ਇਹ ਸਾਡੇ ਅਗਲੇ ਜਨਮ ਦਾ ਕਹਿ ਲਈਏ ਵੀ ਆਪਾਂ ਭੋਜਨ ਤਿਆਰ ਕਰਦੇ ਪਏ, ਜੇ ਮੁਕਤ ਹੋਣਾ ਤਾਂ ਇੱਥੇ ਬਹਿਣਾ ਪਵੇਗਾ ਆ ਕੇ। ਰੋਜ਼ ਬੈਠ ਕੇ ਕਥਾ ਕੀਰਤਨ, ਥੋੜ੍ਹਾ ਜਿਹਾ ਆਪਣੇ ਵਾਸਤੇ ਸਮਾਂ ਜ਼ਰੂਰ ਕੱਢਿਆ ਕਰੋ। ਨੌਕਰੀ ਤਾਂ ਅਸੀਂ ਦੂਜਿਆਂ ਵਾਸਤੇ ਕਰਦੇ ਹਾਂ, ਦੂਜਿਆਂ ਦਾ ਢੋਆ ਢਵਾਈ ਕਰਦੇ ਪਏ ਹਾਂ ਵੀ ਜ਼ਿੰਮੇਵਾਰੀਆਂ ਨਿਭਾਉਣੀਆਂ। ਜਿਹੜਾ ਸੰਗਤ ਵਿੱਚ ਬੈਠੇ ਆ ਕੇ ਇਹ ਅਸੀਂ ਆਪਣਾ ਭਲਾ ਕਰਦੇ ਪਏ, ਸਾਡਾ ਸਮਾਂ ਹੈ, ਆਪਣਾ ਨਿੱਜੀ ਸਮਾਂ, ਇਹਨੂੰ ਕੋਈ ਲੈ ਨਹੀਂ ਸਕੇਗਾ। ਤੁਹਾਡੀ ਜਾਇਦਾਦ ਭਰਾਵਾਂ ਵਿੱਚ ਵੰਡਾਈ ਜਾ ਸਕਦੀ ਹੈ, ਪਰ ਸੰਗਤ ਵਿੱਚ ਬੈਠਾ ਸਮਾਂ ਤੁਹਾਡੇ ਭਰਾ ਵੀ ਨਹੀਂ ਵੰਡਾ ਸਕਦੇ, ਉਹ ਤੁਹਾਡਾ ਹੀ ਰਹਿਣਾ ਹੈ। ਇਸ ਕਰਕੇ ਕੰਮ ਕਿੰਨੇ ਵੀ ਨੇ, ਸਾਰਾ ਦਿਨ ਕਿਰਤ ਵਿਰਤ ਕਰਨੀ ਇਹ ਧਰਮ ਹੈ, ਪਰ ਉਹਦੇ ਤੋਂ ਬਾਅਦ ਵਿੱਚ ਸੰਗਤ ਵਿੱਚ ਬੈਠਣਾ ਇਹ ਗੁਰੂ ਦਾ ਹੁਕਮ ਹੈ। ਸਵੇਰੇ ਸ਼ਾਮ ਜਿੰਨਾ ਵੀ ਸਮਾਂ ਮਿਲੇ ਜ਼ਰੂਰ ਕੱਢ ਕੇ ਸੰਗਤ ਵਿੱਚ ਆ ਕੇ ਬੈਠ ਕੇ ਕਥਾ ਕੀਰਤਨ ਸੁਣਿਆ ਕਰੋ, ਬੜਾ ਗਿਆਨ ਤਾਂ ਪ੍ਰਾਪਤ ਹੁੰਦਾ ਹੀ ਹੈ, ਸੰਗਤ ਵਿੱਚ ਬੈਠ ਕੇ ਸਮਾਂ ਸਫਲਾ ਹੋ ਜਾਂਦਾ ਹੈ।
ਤੇ ਸਮੇਂ ਦੇ ਨਾਲ ਫਿਰ ਜਨਮ ਵੀ ਸਫਲਾ ਹੋ ਜਾਂਦਾ ਭਾਈ। ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਨ ਤੇਰੀ ਵਰੀਆ, ਐਸੀ ਸਮਰੱਥਾ ਮਹਾਰਾਜ ਬਖਸ਼ਦੇ ਹਨ। ਸਿੱਖਣ ਕੋ ਦੇਖੇ ਉਮਕਾਏ, ਮਹਾਰਾਜ ਕਹਿਣ ਲੱਗੇ ਭਾਈ ਇਸ ਤਰ੍ਹਾਂ ਸਿੱਖਣ ਕੋ ਦੇਖੈ, ਇਹ ਹੁਣ ਸਿੱਖ ਨੂੰ ਵੇਖ ਕੇ ਖੁਸ਼ ਹੋ ਗਿਆ। ਲੰਗਰ ਵਿੱਚ ਇੱਕ ਚੀਚੀਆਂ ਵੱਟ ਵੱਟ ਕੇ ਪੈਂਦਾ ਸੀ ਵੀ ਸਿੱਖ ਆ ਗਿਆ ਰੋਟੀ ਖਾਣ, ਹੁਣ ਕਾਂ ਦੀ ਜੂਨ ਵਿੱਚ ਪਿਆ ਅਤੇ ਮੈਂ ਸਿੱਖ ਨੂੰ ਭੇਜਿਆ ਅਤੇ ਹੁਣ ਵੇਖ ਕੇ ਖੁਸ਼ ਹੋਇਆ, ਸਿੱਖ ਦੀ ਪ੍ਰਸੰਨਤਾ ਵੇਖ ਕੇ ਖੁਸ਼ ਹੋ ਗਿਆ ਅਤੇ ਅਸੀਂ ਮੁਕਤ ਕਰ ਦਿੱਤਾ ਹੈ। ਸੇਵ ਕਰਨ ਕੋ ਫਲ ਆਵ ਲਿਓ, ਹਾਂ ਗੁਰਮੁਖੋ ਸੇਵਾ ਦਾ ਫਲ ਤਾਂ ਮਿਲਦਾ ਹੈ, ਭਾਵੇਂ ਕਿ ਉਹਨੇ ਗਲਤੀ ਕੀਤੀ ਹੈ, ਸ਼ਰਾਫ ਵੀ ਮਿਲਿਆ ਔਰ ਸੇਵਾ ਕੀਤੀ ਉਹਦਾ ਫਲ ਵੀ ਮਿਲਿਆ ਵੀ ਹੁਣ ਮੁਕਤ ਹੋ ਗਿਆ ਹੈ। ਨਾ ਸੇਵਾ ਕਰਦਾ ਤਾਂ ਕਿੰਨੇ ਕਾਂ ਦੀ ਜੂਣ ਵਿੱਚੋਂ ਛੁਡਾਉਣਾ ਸੀ ਜਾ ਕੇ। ਸੇਵਾ ਦਾ ਵੱਡਾ ਫਲ ਹੈ, ਜਦੋਂ ਆਪ ਆਉਂਦੇ ਨਾ ਗੁਰੂ ਘਰ ਲੰਗਰਾਂ ਵਿੱਚ, ਜਿੰਨਾ ਵੀ ਹੋ ਸਕੇ ਪ੍ਰਸ਼ਾਦੇ ਬਣਾਉਣ ਦੀ ਵਰਤਾਉਣ ਦੀ ਜਿੰਨੀ ਵੀ ਸੇਵਾ, 5 ਮਿੰਟ 10 ਮਿੰਟ ਜਿੰਨਾ ਵੀ ਹੋਵੇ ਜ਼ਰੂਰ ਲਾਇਆ ਕਰੋ, ਇਹ ਸੇਵਾ ਮਹਾਰਾਜ ਦੀ ਤਾਰ ਦਿੰਦੀ ਹੈ। ਕਾਕ ਜੂਨ ਤੇ ਛੁੱਟਤ ਭਇਓ, ਇਸ ਤਰ੍ਹਾਂ ਮਹਾਰਾਜ ਦੀਆਂ ਨੇ ਕਾਂ ਦੀ ਜੂਨ ਤੋਂ ਉਸਦਾ ਛੁਟਕਾਰਾ ਕਰਵਾਇਆ ਹੈ। ਆਪਣੋ ਜਾਨ ਜੂਨ ਤੇ ਛੋਰਾ, ਆਪਣਾ ਜਾਣ ਕੇ ਮਹਾਰਾਜ ਦੇ ਜਿਹੜੇ ਆਪਣੇ ਬਣ ਜਾਂਦੇ ਫਿਰ ਉਹਨਾਂ ਨੂੰ ਛੁਡਾ ਦਿੰਦੇ ਪਾਤਸ਼ਾਹ। ਕਰਿਓ ਮੁਕਤ ਗਾ ਸੁਰ ਪਰ ਹੋਰਾ, ਸਤਿਗੁਰਾਂ ਨੇ ਮੁਕਤ ਕਰ ਦਿੱਤਾ ਅਤੇ ਸੱਚਖੰਡ ਦੀ ਪ੍ਰਾਪਤੀ ਵਾਲਾ ਉਹ ਬਣ ਗਿਆ। ਸੇਵਾ ਕੀਤੀ ਕਦੇ ਨਿਸਫਲ ਨਹੀਂ ਜਾਂਦੀ ਹੈ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ, ਇਹ ਸੇਵਾ ਦਾ ਫਲ ਹੈ। ਮਹਾਰਾਜ ਦੀਆਂ ਨੇ ਕਿਰਪਾ ਕਰਕੇ ਇਹ ਕਾਂ ਦਾ ਤੇ ਭਲਾ ਕਰ ਦਿੱਤਾ ਹੈ। ਹੁਣ ਮਹਾਰਾਜ ਦੀ ਸ਼ਰਨ ਦੇ ਵਿੱਚ ਇੱਕ ਸੱਪ ਆਉਂਦਾ ਪਿਆ ਹੈ, ਕਿਸੇ ਕਰਮ ਕਰਕੇ ਸੱਪ ਜੂਣ ਵਿੱਚ ਪੈ ਗਿਆ ਸਿੱਖ ਮਹਾਰਾਜ ਦਾ, ਹੁਣ ਮਹਾਰਾਜ ਜੀ ਉਹਦਾ ਭਲਾ ਕਰਨਗੇ। ਉਹ ਸਾਖੀ ਆਪਾਂ ਕੱਲ੍ਹ ਨੂੰ ਅੱਗੇ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਲਿਖੀ, ਖਿਣ ਖਿਣ ਭੁੱਲਣ ਬਖਸ਼ਣ ਹਾਰ, ਨਾਨਕ ਪਾਰ ਤਾਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੇਨਤੀ ਹੈ ਕਿ 13 ਤਰੀਕ ਰਾਤ ਨੂੰ ਆਪਣੇ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਨੇ, ਕਿਉਂਕਿ ਨਵਾਂ ਸਾਲ 14 ਤਰੀਕ ਨੂੰ ਜਿਹੜਾ ਦੇਸੀ ਮਹੀਨੇ ਦਾ ਉਹ ਪ੍ਰਾਪਤ ਹੋ ਰਿਹਾ ਹੈ। ਇਸ ਕਰਕੇ 13 ਨੂੰ ਰਾਤ ਦੇ ਦੀਵਾਨ ਸਜਣਗੇ, ਆਪ ਸੰਗਤਾਂ ਵੱਧ ਤੋਂ ਵੱਧ ਹਾਜ਼ਰੀ ਭਰਿਓ। 14 ਤਰੀਕ ਨੂੰ ਆਪਣੇ ਨੇੜੇ ਹੀ ਨਗਰ ਹੈ, ਉੱਥੇ ਲੜਕੀ